ਜਿੱਥਾ ਮੈਂ ਅੱਲਾ ਦੇ ਨਾਂ ਦੀਆਂ ਨਿਆਜ਼ਾਂ ਖੜੀਆਂ ਵੰਡੀ ਦੀਆਂ ਹੋਵੇ, ਮੈਂ ਅੱਲਾ ਦੇ ਨਾਂ ਦੇ ਚਾਵਲ ਪੈ ਵੰਡੀ ਦੇ ਹੋਵੇ, ਮੈਂ ਅੱਲਾ ਦੇ ਨਾਂ ਦੇ ਖਾਵਣੇ ਪੈ ਵੰਡੀ ਦੇ ਹੋਵੇ, ਬਿਲਕੁਲ ਵੱਧ ਬਿਸਮਿਲਾ ਕਰਕੇ ਗੱਟ ਗੱਟ ਕਰਕੇ ਖਾ ਕੇ ਦਾ ਕਰ, ਕੋਈ ਹਰਜ ਕੋਈ ਨਹੀਂ। ਲੇਕਿਨ ਇੱਕ ਖਿਆਲ ਚ ਰੱਖਿਆ ਕਰ, ਇਹੋ ਜਿਹਾ ਕੋਈ ਲੁੱਚਾ ਨਾ ਵੰਡੇ ਦਾ ਖੜਾ ਹੋਵੇ ਤੇ ਕੋ ਆਖੇ ਅੱਲਾ ਦੇ ਨਾਂ ਦੀ ਤੇ ਦੂਜਾ ਵੰਜੇ ਤੋਂ ਬਾਬੇ ਦੇ ਨਾਂ ਦੀ, ਉਹਨੂੰ ਮੇਰੇ ਦਰਵਾਜ਼ੇ ਤੇ ਵੀ ਆ ਖੜੇ ਤੇ ਖੈਰਾਂ ਦੇ ਦਰਵਾਜ਼ੇ ਵੀ ਖੜਕੇ ਦਾ ਖੜਾ ਹੋਵੇ, ਇਹੋ ਜਿਹੀ ਬੇਹਿਆ ਦੇ ਵੀ ਨਾ ਪਿਆ ਬੱਕਰਾ ਚਲੇਵੇ, ਬਾਬੇ ਦੇ ਨਾਂ ਦੇ ਮੁਰਗਾ ਚਲੇਵੇ, ਬਾਬੇ ਦੇ ਨਾਂ ਦੇ ਉੱਤੇ ਗਾਂ ਚਲੇਵੇ, ਤੇ ਉਹਦਾ ਦੁੱਧ ਪੀਵਣਾ ਵੀ ਆਪਣੇ ਉੱਤੇ ਹਰਾਮ ਨੂੰ ਸਮਝੇ, ਉਹਦਾ ਜ਼ਬਾ ਕਰਨਾ ਵੀ ਆਪਣੇ ਉੱਤੇ ਹਰਾਮ ਸਮਝੇ, ਉਹਦਾ ਕੋਵਣਾ ਵੀ ਆਪਣੇ ਉੱਤੇ ਹਰਾਮ ਸਮਝੇ, ਉਹਦਾ ਇਸਤੇਮਾਲ ਕਰਨਾ ਵੀ ਆਪਣੇ ਉੱਤੇ ਹਰਾਮ ਸਮਝੇ। ਤੂੰ ਕੋਵਣ 'ਚ ਦੇਰ ਨਾ ਕੀਤੀ ਕਰ ਛੁਰੀ ਦਾ, ਤਾਂ ਕਿ ਮੁਸ਼ਰਕ ਦੀ ਮੁਖਾਲਫਤ ਕਰਨੀ ਹੈ ਤਾਂ ਉਹ ਆਦੇ ਜ਼ਬਾ ਕਰਨਾ ਹਰਾਮ ਹੈ, ਤੇ ਤੂੰ ਆਖ ਨਹੀਂ ਜ਼ਬਾ ਕਰਨਾ ਹਰਾਮ ਕੋਈ ਨਹੀਂ। ਇਵੇਂ ਜਦਾਂ ਬਾਬੇ ਦੇ ਨਾਂ ਦੇ ਉੱਤੇ ਨਿਆਜ਼ਾ ਤੇ ਗੈਰ ਇਲਾ, ਭਾਵੇਂ ਸ਼ਰਬਤ ਖੜਾ ਵੰਡੀਦਾ ਹੋਵੇ, ਭਾਵੇਂ ਕੋਈ ਦੁੱਧ ਖੜਾ ਤਕਸੀਮ ਕਰੇਦਾ ਹੋਏ, ਭਾਵੇਂ ਕੋਈ ਮਿਠਾਈਆਂ ਪਿਆ ਤਕਸੀਮ ਕਰੇਦਾ ਹੋਏ, ਜਾਂ ਕੋਈ ਚੋਪੜੀਆਂ ਤਕਸੀਮ ਪਿਆ ਕਰੇਦਾ ਹੋਏ, ਜਾਂ ਕੋਈ ਚਾਵਲ ਮਿੱਠੇ ਖੱਟੇ ਤਕਸੀਮ ਪਿਆ ਕਰੇਦਾ ਹੋਏ, ਹੋਵੇ ਗੈਰ ਦੇ ਨਾਂ ਦੀ ਤਾਂ ਤੂੰ ਤਾਂ ਦਰ ਕਿਨਾਰ ਰਹਿ ਗਿਆ। ਇਹੋ ਜਿਹੀ ਚੀਜ਼ ਕੁੱਤੇ ਕੋ ਵੀ ਨਾ ਖਵਾਇਆ ਕਰ, ਤੂੰ ਮੈਂ ਤੇ ਕੋ ਮੰਨਾ ਪਿਆ ਕਰ। ਮਾਤਾ ਲਈ ਕੁਮਲ ਮਈ ਤਾ ਤੋ ਵਦਾਮੋ ਅਲਹਮੁਲ ਖਿਨਜ਼ੀਰ ਵਮਾ ਉਹਿਲਾ ਲਿਗੈਰਿਲਾਹਿ ਬਿਹੀ, ਜਿਹੜਾ ਮੇਰਾ ਕੁਛ ਨਹੀਂ ਲੱਗਦਾ ਉਹ ਤੇਰਾ ਵੀ ਮੁਵਾਇਦਾ ਕੁਛ ਨਹੀਂ ਲੱਗਦਾ। ਇਸ ਗੱਲੋਂ ਤਾਂ ਮੈਂ ਤੇ ਕੋ ਮਨਾ ਕੀਤੇ ਤੋ ਨਿਕਾਹ ਵੀ ਉਹਨਾਂ ਨਾਲ ਨਾ ਕਰੇ, ਨਾ ਦੇਵੇਂ ਤੇ ਨਾ ਖਿੰਨੇ, ਇਵੇਂ ਤਾਂ ਤੇ ਕੋ ਮਨਾ ਕੀਤਾ ਦੋ ਜਨਾਜ਼ੇ ਵੀ ਤੋ ਉਹਨਾਂ ਦੇ ਨਾ ਪਿਆ ਪੜੇ, ਕਿ ਉਦੋਂ ਤੂੰ ਸਾਲੇ ਮੇਰਾ ਮੇਰੀ ਮਨੇ ਨਾ ਤੇ ਵੀ ਕਹੇ ਦੇ ਨਹੀਂ ਮਨੇਦਾ, ਤੇ ਜਦਾਂ ਮੇਰਾ ਮੰਨਣ ਵਾਲਾ ਹੋਵੇ ਤੇ ਗੈਰ ਦਾ ਮੰਨਣ ਵਾਲਾ ਨਾ ਹੋਵੇ, ਗੈਰ ਦੇ ਮੰਨਣ ਵਾਲੇ ਕੋ ਮੇਰਾ ਮੰਨਣ ਵਾਲਾ ਚੰਗਾ ਦੇਖ ਸਕਦਾ ਵੀ ਨਹੀਂ ਪਿਆ। ਇਸ ਗੱਲ ਉੱਤੇ ਕੋ ਮੰਨਣਾ ਪੈ ਕਰੇ ਨੇ ਖਿਆਲ ਰੱਖੇ, ਦੁੱਧਾਂ ਦੋਨਾਂ ਪਿਆ ਦੇਖੇ, ਖੀਰਣੀਆਂ ਦੋਨਾਂ ਪਿਆ ਦੇਖੇ, ਮੁਰਗਾ ਦੋਨਾਂ ਪਿਆ ਦੇਖੇ, ਮਿਠਾਈਆਂ ਵੱਲ ਨਾ ਪਿਆ ਵੇਖੇ, ਦੁੱਧਾਂ ਵੱਲ ਨਾ ਪਿਆ ਦੇਖੇ, ਸ਼ਰੀਣੀਆਂ ਵੱਲ ਨਾ ਪਿਆ ਵੇਖੇ, ਚੋਪੜੀਆਂ ਵੱਲ ਨਾ ਪਿਆ ਵੇਖੇ, ਸ਼ਈਆਂ ਵੱਲ ਨਾ ਪਿਆ ਵੇਖੇ, ਤੂੰ ਵੇਖੇ ਚਾਹ ਤੂੰ ਮੈਂ ਖੁਦਾ ਦੀ ਮਨੇ ਦੇ ਜਾਂ ਖੈਰਾਂ ਦੀ ਮਨੇ ਦੇ। ਅਗਰ ਖੁਦਾ ਦੀ ਮਨੇ ਸੀ ਤਾਂ ਵੱਤ ਮੇਰੇ ਨਾਂ ਤੇ ਦੇ ਸੀ, ਗੈਰਾਂ ਦੇ ਨਾਂ ਤੇ ਨਹੀਂ ਦੇਵਾ। ਅਗਰ ਮੇਰੇ ਨਾਮੇ ਕੋ ਕੱਲਾ ਨਾ ਮਨੇ ਸੀ, ਗੈਰਾਂ ਕੋ ਮਨੇ ਸੀ, ਤਾਂ ਵੱਤ ਮੇਰੇ ਨਾਂ ਤੇ ਸੁਣਨਾ ਵੀ ਬਰਦਾਸ਼ਤ ਕੋਈ ਨਾ ਕਰੇ ਸੀ। ਇਸ ਗੱਲੋਂ ਮੈਂ ਤੇ ਕੋ ਮੰਨਾ ਕੀਤੇ ਖਿਆਲ ਰੱਖੇ, ਅਗਰ ਮੈਂ ਮੇਰੇ ਬਾਅਦ ਮੈਂ ਨੰਬਰ ਰੱਖੇ ਆਪਣੇ ਰਸੂਲ ਦਾ, ਸਾਰੇ ਪੈਗੰਬਰਾਂ ਦਾ ਸਰਦਾਰ ਆ ਤਾਂ ਮੁਹੰਮਦ ਰਸੂਲੁੱਲਾ ਏ ਪਿਆ, ਸਾਰੇ ਜਹਾਨ ਕੋ ਮੈਂ ਖੋਲ ਗੱਤਾ ਮੁਹੰਮਦ ਰਸੂਲੁੱਲਾ ਦੀ ਪੇਸ਼ਾਨੀ ਦੇ ਉੱਤੇ, ਮੈਂ ਦੁਨੀਆ ਕੋ ਤਾਂ ਬਰਬਾਦ ਕਰ ਸਕਦਾ ਲੇਕਿਨ ਮੁਹੰਮਦ ਰਸੂਲੁੱਲਾ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ। ਅਗਰ ਮੇਰੇ ਰਸੂਲ ਦੇ ਨਾਂ ਦੇ ਉੱਤੇ ਵੀ ਕੋਈ ਚਾਵਲ ਚਚਾੜੇ, ਮੇਰੇ ਰਸੂਲ ਦੇ ਨਾਂ ਦੇ ਉੱਤੇ ਕੋਈ ਖੀਰਣੀਆਂ ਤਕਸੀਮ ਚ ਕਰੇ, ਮੇਰੇ ਰਸੂਲ ਦੇ ਨਾਂ ਦੇ ਉੱਤੇ ਸ਼ੀਰਣੀਆਂ ਤਕਸੀਮ ਕਰੇ, ਮੇਰੇ ਰਸੂਲ ਦੇ ਨਾਂ ਦੇ ਉੱਤੇ ਦੁੱਧ ਤਕਸੀਮ ਚ ਕਰੇ, ਮੇਰੇ ਰਸੂਲ ਦੇ ਨਾਂ ਦੇ ਉੱਤੇ ਵੀ ਉੱਠੀ ਕੇ ਤੇ ਬੱਕਰੀਆਂ ਕੋਈ ਦੇਵਣਾ ਸ਼ੁਰੂ ਕਰ ਦੇਵੇ। ਖਿਆਲ ਰੱਖੇ ਬਤ ਵੀ ਮਾ ਉਹਿਲਾ ਲਿਗੈਰਿਲਾਹਿ ਬਿਹੀ, ਉਹੀ ਮੈਂ ਅੱਲਾ ਦਾ ਮੰਨਣ ਵਾਲਾ ਕੋਈ ਨਹੀਂ, ਉਹ ਵੀ ਮੇਰਾ ਦੁਸ਼ਮਣ ਬੜਾ ਖੜਾ ਏ, ਤੋੜੀ ਰਸੂਲ ਦੇ ਨਾਂ ਤੇ ਲੈਂਦਾ ਪੈ ਤਾਂ ਵੀ ਹਰਾਮ ਏ, ਦੋ ਗੈਰ ਹੋਰ ਦੇ ਨਾਂ ਤੇ ਲੈਂਦਾ ਪੈ ਤਾਂ ਵੀ ਹਰਾਮ ਏ। ਉਹ ਕੁਛ ਸਮਝ ਆਉਂਦੀ ਪਈ ਏ? ਹੈ ਖਾਸਿਆ ਇਹਦਾ ਡਾ ਕਿਹਾ ਦੇ ਬਾਦਸ਼ਾਹ ਉਹ ਜੱਡਣ ਦਾ ਮੁਹਰਮ ਆਇਦਾ, ਉਹ ਦੀ ਸਾਦੇ ਪਾਣੀ ਕੋਲ ਤਾਂ ਜਾਨ ਹੀ ਛੁੱਟ ਪਈ ਹੈ। ਮਾਸ਼ਾਅੱਲਾ ਬਈ ਮਹੀਨਾ ਜਿਹੜੇ ਆਉਂਦੇ ਸਾਡੇ ਪੱਲਣ ਦਾ ਆਉਂਦੇ, ਕਮਲਿਆਂ ਤੇ ਕੋਈ ਪਤਾ ਕੋਈ, ਤੂੰ ਅੰਦਰ ਸਾਰੀ ਤੇਰੀ ਵੇਰਸ ਲੱਗਦੀ ਪਈ ਹੈ, ਸਾਰਾ ਤੇਰਾ ਜਿਗਰਾ ਗਲਦਾ ਪਾਇਆ ਅੰਦਰੋਂ।
हलाल खा दिया कर, बच वन हराम तो वत अल्लाह थई मन्ना नहीं केता वत गिणा साब सुलमान मैं ते गुदसा मेरी मन्ना ला खैरा दिन मन सी ते गैरा दी मन्ना ला मेरी नहीं मनेदा मैं ते को दस चवल मुन खाने का तो वल बहुकूज तो वल मुतरदिया तो वन्नती हा अगर कोई गर्दन किसी दी मरोड़े चा ते भुका सटे ते मार वन्ये ता भी हराम भी अगर बकरी को बकरी सिंग चबारे ते जमा की ते बगैर मर वन्ये ता हराम भी अगर कोई जानवर छत ते चढ़ा खड़े पहाड़ ते खड़े डटे उतो गाटा त्रोट गए जबा कीते बगैर पहले मर गए ता भी हराम वे अगर कह चोट नाल मारे ता भी हराम वे मैं ते को दसदा पिया इंदे नेड़े ना पिया वने ममा अकल सबो इल्ला माज कई तो मा हामद को मसला दसा तू मुर्गे रखी पिया है टोकरे तले राती पईए उतू वजन भी दिता आए गिदा ते मारियस झट टोकरे चुचा के नस पिए ते को भी जागा गई तू भी दौड़दा रह गए या तेरिया बकरियां रेवण दे विचू कोई गिदड़ या भेड़िया आए चा के नस पिए तू ही पीछे नस पे ता दो चा गिए छुड़वा गिदई जा जींदी वदिए छुरे चा के के बिस्मिल्ला अल्लाहु अकबर त हुन खा के न हुन जायज भी सुभान अल्लाह हुन खा के इल्ला मा ज़कई तो सुभान अल्लाह ओ मुसलमानो जे को तुसा ज़बा कराए मुस इस गलो ख्याल रख कर मुसलमान मुसलमान जबा करे तो खादी कर अगर जरा खुदा दी नहीं मने दा वो जबा करे तो भुगा सटी कर कुत्ते अपने को भी न खवाया कर कि वो दो मसलन शराई हो दो जानवर मर वने अपनी मौत वो को घील के दूर भुगा दे लोग लेकिन उथू चोड़ा कप के अपने रखवाले कुत्ते वास्ते भी नहीं आ सकता दो आन के कुत्ते को भी हराम खवे से मुजरिम बन से अगरचे कुत्ता भी हराम है ओ भी लेकिन तू कुत्ते को आप ना खवा हराम ते को इजाजत नहीं दो तू चोड़ा कपिया में इतना रखवा ले कुत्ते को जा खवा वे हाँ ये अपनी मर्जी नाल कुत्ता फिरदा भौदा ते उथई वने ते राज जावे ता वत तेजी कोई गिरफ्त कोई नहीं लेकिन तू आप जान कुत्ते को हराम हाँ ये ख्याल रख्या कर जेरे बंदे खुदा दी नहीं मनी मौलवी दी निस छोड़ी पीर दी मनी है बुजुर्ग दी मनी है आपनिया दी मनी है बेगाना दी मनी है खुदा दी निस मनी अगर जानवर को हाथ रखे चा समझे हराम मार गए जानवर मसला सुनते रहते हो ना ईद दे मौके ते अगे पीछे तो मैं ना दा ईद दे मौके ते सारे मुफ्ती फतवा देते तो छे मुवायद होवे ते सतवा सतवा कौन हो ते कुर्बानी च रले तो कुर्बानी किथे गई आई गई चोर चपट बर्बाद हो गई सवाल ये पे कुर्बानी दे मौके ते मुशरिक निकल आते ते पूरे साल दे दौरान नहीं आता ये कोई तिड्डा है ऐ को पितंग है तो बारिश लावे तो वेले पितंग निकल खड़े नगे पीछे तो नजर ही नहीं आते नहीं ओ मुशरिक हे केरा लभू कुरान चो अज मुशरिक लभदा माया ते खड़न तुसा नहीं देवना ओ ओ हे केरा अल्लाह फरमाए वल्लजीन तदून मिन दूनही मा यमलिकून मिन कितमीर इन तदूहुम जिन्ना को अल्लाह तो सिवा सदे
مایم لکون من کتمیر او ایک دھاگے دیوی مالک بالکل اگر ایویں سمجھ نہیں آندی تا بابے شباز کو سڈن والے او ایک دھاگے دا وی مالک کوئی نہیں ما شمل کو نا من کتمیر ان تدو گم لا یسمو دعا کم ولو سمیو مستجابو لکم و یوم القیامت یکفرون بشرک کم ولا یونبیو کمسل خبیر آج نہ کو سڈین دیو تن کے دیوی مالک کوئی نہیں کیوں مالک نہیں کیا بچائے مالک نہیں اس گلوں تو ال تدو ہوما اگر سدو بھی سہی تلا یسمو دعا کو اوہ تواڈی ساڈے تے پکار سن دے کوئی نہیں جرا سنے نہیں او کتھو جواب دے سی تو کو جدا او دس نہیں سگنے دو چیز میری ہے یا بیگانے دیے پئی ان تدو گم لا یسمو دعا کم ولو سمیو بست جا بولا کم پہلی گلت ہے سن دے کوئی رہی اگر سن وی گنے بل فرد وال محال تا جواب دے سکدے وی کوئی نہیں جواب دے سکدے اللہ سیاں ست سن دے رانے ہے باشوئی میں ونجر دی دیر پوندی کبر دے ہوتے جواب دے منا تا در کنارو کو تا اتنا بھی پتہ لگ وین دے دو میرا مامو آیا کھڑا ہے میرا خالو آیا کھڑے میری نانی آئی کھڑی ہے میری ڈاڈی آئی کھڑی ہے میری پھپھو فاطمہ آئی کھڑی ہے میری فلانی خالہ ماسی نانی آئی کھڑی ہے پئی انہاں کو تا اتنا علم ہوئے دے اللہ فرمان دے چٹا کھوڑ رہ دے نہیں بھائی مان اگر اتنا علم ہوندا پر دے دے وے کھڑے چو اگر اتنے جان دے ہون دے تا میرے محمد رسول اللہ تا زندہ بھی اے پیا تا بھی تم تا گھر تے لگی ان بھی علم کوئی نہیں لگا اگر اتنے مرو بھی نکل گئی تے وات جان دے ہاں میرا ابراہیم خلیل اللہ تا انتظار ہی کھڑا دو کوئی مہمان آوے تے میں روٹی رل کے چکھاوا تا اے بھی فرشتے ہیں نا لباس بھی پاتی انسان آلے ودے ہیں شکلا انسان آلیا بنائی ودے ہیں لیکن حقیقتا نور ہیں جبرائیل امین تشریف گئے وے کہتے آکھ لگے سلام 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 او شلا جد او جیندارا میں ابراہیم شلا جتھے پیر ہوئی خیر ہوئی ہوا بھی تے کو کوئی نہ لگے ابراہیم علیہ السلام بھی سفر کوئی نہ کیتا ٹور دے بھی گئے تے آکھ لگے سلام ان تو سبھی سلام ہمیشہ جیندے رہے بجو آباد رہے بجو تتیاں گھر ون کے چنگا بالا واڑا کھڑا چھری رکھی اس تکبیر پڑھ کے وت چھل کے وت گپلے بنا کے وت تلوا کے ڈش تیار بنا کے چا کے تے اگے رکھ کے تے کھاؤ پترو شلن نت پایا کھاؤ شل نیتان دے رہے وجو لیکن او تو لباس دو بشری آلہ شکل دو بشری آلہ ابراہیم علیہ السلام اگے کرن دے اپنے ہاتھ پیچھے چھک گرے وات ابراہیم علیہ السلام اگے کرن دے وات پیچھے آٹ وجے ابراہیم علیہ السلام ڈر گئے دو لگ دا ایمے دو میرے گھر دی خیر آج کوئی دے کیوں دو اس وقت دے طور طریقہ ہوں دا کہ جیرا بندہ ڈکیٹی کرے آتا ہوں گھر دی کوئی چیز نہیں کھا دا ہوں دا او تو چور جتھو کرنی ہوئے اس کوئی چیز نہیں کھاندا تے جیرے گھر دا نمک کھا گھنے آؤ تو دی چوری نہیں کریں دا ہوں دا اتنا نمک حلالی او بھی ہائی چور لیکن اتنا ناکی چاہیا آکھی چاہیا ضرور ہے ابراہیم علیہ السلام آکھ لگیو کیری بلا آئی وے میں تا ڈر گیا تواڈے کولو کیوں نہیں میں پے کھا لے آکھ یار گل ابراہیم ڈر نہیں لا تخف خوف کرن دی ضرورت کوئی نہیں ساڈے لباس نہ وے اتو بشری ہے تے اندروں نوری ہے اللہ مسئلہ سمجھاؤ زندہ پیغمبر ابراہیم خلیل اللہ وی کھڑا ہوئے زندے فرشتے نوری بھی آ وجن ہک لباس دی بھی اوڑا ونے تے ابراہیم کو
पता ना लगे तो बशरीन या नूरीन पाए ते एक दीवार दी औटा वने इब्राहिम घर वन के बच्चे को सभा च करे वत पीस च बनावे वत तलवावे वत चावे उना बार आला नूरिया को भी पता ना लगा दो हजरत ओड़े क्या खिदमत सर अंजाम पे दे देन पाए इब्राहिम को उना दा पता ना लगा दो नूरीन या बशरी हो ता बशरी समझी वदन ता बच्चा जबा के तो ने ते उना को ए पता ना लगा दो इब्राहिम घर क्या चीज पिया बड़वे दे इथे ता जिंदा इब्राहिम होवे भी पता नहीं पिया लगदा ते जेरा मणा मर मर टुर वंजे रूह भी वजूद च बाकी ना रहे बिल्कुल शरीयत आखे जदा मरण दा वक्त आवे ओ मुसलमानो तुहाडे मुवाइद दा उस वक्त तुसा के करना उंदा चेहरा किबले वल फेर छोड़िया करो किबले वल फेर के ते तुसा इर्द गिर्द खाड़ के वत होले होले उचला उचला ला इलाहा इल पढ़ो चल ला इलाहा इल्लल्लाह ला इलाहा इल्लल्लाह ला इलाहा इल्लल्लाह ला इलाहा इल्लल्लाह मुहम्मदुर रसूलुल्लाह ए तलकीन करें दे रहे गए करो लेकिन जिंदे उते बहुत दबकत आया पिया वे ऊ को नहीं आखना दो तू पढ़ के उदे उते मौत दे वक्त बड़े औखे ना मौत दे सकरातां बड़िया औखिया ना इस गलो मत तुसा को तो पढ़ कलमा ते इनकारी बन वंजे आखे मैं ना पढ़दा इतना ही चकी तो सका फिर के मर वैसी ते जदा रूह परवाज कर वंजे वा तू सके करने उन्या अखियां भी बंद चा करनिया वा तू दी थोड़ी भी बंद छोड़नी है पे वा तू दे हाथ भी सीधे कर छोड़ने इन पे वा तू दे पैर भी बराबर कर छोड़ने अखी बंद ता करे सो तो हुण अखी बंद करन दी ताकत कोई नहीं उंदी खोडी ता बंद करे सो तो मुंह खुला रहे वैसी ते इंसानी शक्ल बिगड़ वैसी इस गल हूँ ताकत नहीं दो मुंह बन च करे उन्दे हाथ ता बराबर करे सो दो उन्दे ताकत नहीं दो अपने हाथ च रखे हूँ जदा फौत हो वजने हूँ वह तू सके च करने वत हूँ इन च करे उन्दे कपड़े उतार खिद उतार के पहले वो को वुजू करावने तुस दसी वजा तरीका ओ इरादा है मैयत दे गुसल दा और दसी वजा मसला कि न दिसा बेड़े हो नाराज बैठे हो पता नहीं हाथ खड़ा करो जी दा इरादा दे सड़ल को हाँ इंशाल्लाह तकड़ा हो पाए हूने बस करे ने घबरांदा क्यों है जेरा इतना लाजा बस है इंशाल्लाह कशे सिख के वैसे कुरान हदीस दी बैर दी गल कोई ना हो नारे तकबीर ओ को समझ आइए होनो को तो संवजू करावणा है लेकिन ख्याल रखे ओ मूह च भी हूं कूली ककूली नहीं पावनी ते नक च पावनी मूह च पेसो तो अंदर लगावे सिद वाला कढ़न दी ताकत कोई नहीं तो इवें नक च पैसो ता वाला कढ़न दी ताकत हूँ इंच करे थोड़ी रुई लैके गिली करके त्रै दफा डंदा तू फेर छुड़ाए मुँह चुते त्रै दफा नक चू फेर छुड़ाए ये झा मलवे सी जिंदगी दे पानी गत्ता काम तू सच कराए वत वत वजू करा के हूँ तू सौ को गुसल दिवावना है पिया लेकिन गुसल देवना केरे तरीके नाल ख्याल रखे शरीयत दे मुताबिक गुसल देवना है जिमें जिंदा आंदे आवे ते पहले दाएं तरफ ते पानी सटेंदे आंदे आवे वत बाएं तरफ ते सटेंदे आवे वत सिर ते सटेंदे आंदे आवे हूँ गुसल भी देवने तुसा लेकिन ख्याल रखे एक नंगे जिंदी सलवार तो हूँ शोदा बन नहीं सकता बिल्कुल सलवार को तो सलहा छुड़ाए इंदी शर्मगाह दे उते कपड़ा चपवाए नू को मंजली च बधवाए मंजली आ बन किन सी है जेरा शोदा मंजली नहीं बन सकदा तेरी मंजली डट्ठी को किवे खड़ा करे सी जालिम हया नहीं आंदा ते को हां वत तो सौ को गुसल लेवने पहले सज्जी साइड तो सधोनी चंगी करके वजरे देखने तो सज्जा पासा धुईज गए वातू को थोड़ी परतारी लेवनी है सज्जा तल्ले ते खब्बा उत्ते आवे सी वत तो सौ को धोवावने खब्बा धोवा छोड़ना है हूँ गुसल की ती पाए हूँ वत तो सके करना है हूँ शोदा उठी नहीं सकता एक पिछू थोड़ा उतू ते टेक लिवा
ਕੋ ਕੇ ਕਰੈ ਪਿੱਛੋਂ ਜ਼ਰਾ ਟੇਕ ਰਿਵੈ ਜ਼ਰਾ ਉਤੋਂ ਤੇ ਚਾ ਖਿਨਾਇਓ ਕੋ ਉਹਦਾ ਸਿਰ ਪਿੱਛੋਂ ਚੇ ਸੋ ਹੁਣ ਕਤਰਾ ਇੰਜ ਥੀ ਵੇ ਸੀ ਹੁਣ ਤੁਸਾਂ ਕੇ ਕਰਨੇ ਹੁਣ ਉਹਦੇ ਪੇਟ ਦੇ ਉੱਤੇ ਨਰਮ ਨਰਮ ਜ਼ੋਰ ਦੇਵਣਾ ਹੈ ਪਿਆ ਤਾਂ ਕਿ ਅਲੈਸ਼ ਮਲੈਸ਼ ਥਈ ਨਿਕਲ ਆਵੇ ਅਤੇ ਬਾਅਦ ਵਿੱਚ ਕਫਨ ਖਰਾਬ ਨਾ ਹੋ ਵਣੇ ਜਿਹੜਾ ਨਿਕਲ ਵੀ ਆਵੇ ਕਾਸ਼ੇ ਨਾਲ ਤਾਂ ਕੱਪੜੇ ਨਾਲ ਪੂੰਝ ਕੇ ਨਾ ਦੁਬਾਰਾ ਗੁਸਲ ਦੇਵਣ ਦੀ ਜ਼ਰੂਰਤ ਇਹ ਜ਼ਿੰਦਗੀ 'ਚ ਕਿਉਂ ਨਾ ਪੂੰਝ ਦੇਂਦਾ ਉਹ ਕੁਹਾਰ ਸ਼ਾਇ ਮਈਅਤ ਦੀ ਤਾਂ ਹਰ ਸ਼ਾਇ ਤੂੰ ਸਾਫ਼ ਪਿਆ ਕਰਦਾ ਹੈ ਜਿਹੜੇ ਘਰ ਵਿੱਚ ਹੁਣ ਤਵਤ ਮਰਦ ਵਾਸਤੇ ਤਰੇ ਕੱਪੜੇ ਅਤੇ ਔਰਤ ਵਾਸਤੇ ਪੰਜ ਕਫਨ ਇਹਨ ਪਏ ਉਹ ਤਾਂ ਤੁਹਾਨੂੰ ਮੈਂ ਪਤਾ ਹੋ ਸੀ ਨਾ ਅਸਲ ਗੱਲ ਤੋਂ ਜੁਲੂ ਹੁਣ ਤੁਹਾਨੂੰ ਮੈਂ ਸਾਰੇ ਮਸਲੇ 'ਤੇ ਇੱਥੇ ਹੀ ਆਪਣੇ ਮੌਲਵੀਆਂ ਕੋਲ ਪੁੱਛੇਗਾ ਉਹ ਕੋਈ ਸਮਝ ਆਈਏ ਹਾਂ ਕਫਨ ਹੀ ਦੇਵਣੇ ਤਾਂ ਸ਼ਰੀਅਤ ਦੇ ਮੁਤਾਬਿਕ ਦੇਵਣੇ ਜਿਵੇਂ ਪਹਿਲੇ ਗਰਮ ਸੱਜੇ ਸਰਦੀਆਂ ਦੇ ਵਿੱਚ ਲੜ ਪਹਿਲੇ ਖੱਬਾ ਮਰੇ ਨੇ ਅਤੇ ਉੱਤੋਂ ਸੱਜਾ ਵਾਲੇ ਨੇ ਪਹਿਲੇ ਕਫਰ ਵੀ ਇਵੇਂ ਦੇਵੇਂ ਪਹਿਲੇ ਲੜ ਖੱਬਾ ਤੱਲੇ ਦੇਵੇਂ ਅਤੇ ਸੱਜਾ ਉੱਤੇ ਦੇਵੇਂ ਵੱਤ ਜਿੱਦਾਂ ਉੱਡਣ ਦਾ ਖਤਰਾ ਹੋਵੇ ਤਾਂ ਸਿਰੋਂ ਵੀ ਅਤੇ ਪੈਰਾਂ ਵੱਲੋਂ ਵੀ ਕਫਨ ਕੋ ਕੀ ਕਰੇ ਚਾਹ ਮਰਦ ਵਾਸਤੇ ਤਰੇ ਕਫਰ ਹੀ ਨਹੀਂ ਔਰਤ ਵਾਸਤੇ ਪੰਜ ਕਫਨ ਹੀ ਨੇ ਔਰਤ ਦੇ ਦੋ ਕਫਨ ਦੇ ਰਹੇ ਪਰ ਇੱਕ ਹੁੰਦਾ ਦੁਪੱਟਾ ਹੈ ਪਿਆ ਉਹ ਕੋ ਦੁਪੱਟਾ ਕਰਵਾਵੇਂ ਉਹਦੇ ਵਾਲਾਂ ਦੇ ਦੋ ਹਿੱਸੇ ਬਣਾ ਕੇ ਉਹਦੇ ਸੀਨੇ 'ਤੇ ਚ ਰੱਖੜੇ ਨੇ ਉੱਤੋਂ ਦੁਪੱਟਾ ਕਰਵਾਵਣੇ ਇਹ ਚਾਰ ਕੱਪੜੇ ਹੋ ਗਏ ਤਰੇ ਮਰਦ ਵਾਲੇ ਨੇ ਇੱਕ ਦੁਪੱਟਾ ਔਰਤ ਦਾ ਚਾਰ ਹੋ ਗਿਆ ਪੰਜਵੇਂ ਨੰਬਰ ਦੇ ਉੱਤੇ ਉਹਦਾ ਸੀਨਾ ਬੰਦ ਇੱਥੇ ਲਾ ਦੇਵੇਂ ਤਾਂ ਕਿ ਇਹ ਵਜੂਦ ਵੀ ਉਹਦਾ ਹੱਲੇ ਉਹ ਕੋਈ ਸਮਝ ਆਈਏ ਹਾਂ ਜਿਹੜੀ ਮੁਸਲਮਾਨ ਦੀ ਧੀ ਦੁਨੀਆਂ 'ਤੇ ਜ਼ਿੰਦਗੀ 'ਚ ਦੁਪੱਟਾ ਨਹੀਂ ਕਰਦੀ ਮਰਨ ਤੋਂ ਬਾਅਦ ਉਹ ਦੁਪੱਟੇ ਦੀ ਕਿਆ ਜ਼ਰੂਰਤ ਹੈ ਅੱਜ ਤਾਂ ਪਤਾ ਨਹੀਂ ਲੱਗਦਾ ਖੁਦਾ ਜਾਣਦੇ ਹਿੰਦੂ ਦੀ ਧੀ ਵੇਦੀ ਪਈ ਹੈ ਕਿ ਮੁਸਲਮਾਨ ਦੀ ਵੇਦੀ ਪਈ ਅੱਲਾ ਦੇ ਰਸੂਲ ਫਰਮਾਇਆ ਆਪ ਸੱਲੱਲਾਹੁ ਅਲੈਹਿ ਵਸੱਲਮ ਕਿਆਮਤ ਦੇ ਨਿਸ਼ਾਨੇ 'ਚੋਂ ਇਹ ਨਿਸ਼ਾਨੀ ਆਪ ਸੱਲੱਲਾਹੁ ਅਲੈਹਿ ਵਸੱਲਮ ਫਰਮਾਈਏ ਕਿ ਕੁਰਬੇ ਕਿਆਮਤ ਦੇ ਔਰਤ ਇਹੋ ਜਿਹਾ ਲਿਬਾਸ ਪੇ ਸੀ ਜਿਹੜਾ ਗੈਰ ਦੇਖਣ ਵਾਲਾ ਦੇਖ ਸੀ ਤਾਂ ਉਹ ਕੁਝ ਹਕੀਕਤਨ ਇਵੇਂ ਮਾਲੂਮ ਹੋ ਸੀ ਨੰਗੀ ਵਧੀ ਹੈ ਪਈ ਲੇਕਿਨ ਆਪਣੇ ਆਪ ਕੋ ਆਸੀ ਮੈਂ ਲਿਬਾਸ ਪਾਤੀ ਵਧਿਆ ਅੱਜ ਵੇਖ ਜ਼ਰਾ ਹਾਲਤ ਆ ਨਹੀਂ ਗਈ ਇਸ ਗੱਲੋਂ ਖਿਆਲ ਰੱਖਿਆ ਕਰ ਔਰਤ ਕੋ ਵੀ ਪਰਦੇ ਦੇ ਅੰਦਰ ਰੱਖਿਆ ਕਰ ਬਾਹਰ ਨਿਕਲਣ ਦੀ ਕਤਨ ਇਜਾਜ਼ਤ ਕਤਨ ਕੋਈ ਨਹੀਂ ਇਹ ਸਾਰੀਆਂ ਪੇਸ਼ਗੋਈਆਂ ਅੱਲਾ ਦੇ ਰਸੂਲ ਪਹਿਲੇ ਦਸਾ ਦਿੱਤੀਆਂ ਜਿਹੜਾ ਖੁਦ ਹਰ ਚੀਜ਼ ਦਾ ਮੁਹਤਾਜ ਉਹ ਜਿੱਦਾਂ ਕਬਰ 'ਚ ਲੱਗਾ ਵੰਜੇ ਮਿੱਟੀ ਸਟੀਜ ਵੰਜੇ ਅਤੇ ਵਾਤੋ ਕੋ ਕਿੰਝ ਪੱਤੇ ਤੋਂ ਚਿੜੀ ਅਤੇ ਚਿੜਾ ਉਹ ਤੋਂ ਬੈਠ ਤਦ ਹੁਮ ਲਾਯਸਮਉ ਦੁਆ ਕੋ ਵਲਾ ਸਮਿਉ ਮਸਤਜਾਬੂ ਲਕੋਮ ਵਯਉ ਮਲ ਕਿਆਮਤ ਯਕਫਰੂ ਨ ਬਿਸ਼ਰ ਕੇ ਕੋਮ ਵਤ ਤੁਸਾਂ ਸੱਡੋ ਵੀ ਰਾਂਦੇ ਬਿਲ ਫਰਦ ਵਲ ਮਹਾਲ ਸੁਣਦੇ ਨਹੀਂ ਅਗਰ ਜਵਾਬ ਵੀ ਦੇਵੇ ਬਿਲ ਫਰਦ ਵਲ ਮਹਾਲ ਸੁਣਦੇ ਤਾਂ ਕੋਈ ਨਹੀਂ ਅਗਰ ਸੁਣ ਵੀ ਗਿਣਨ ਤਾਂ ਜਵਾਬ ਦੇਵਣ ਦੀ ਤਾਕਤ ਕਤਨ ਨਹੀਂ ਰੱਖਦੇ ਅਤੇ ਯਉ ਮਲ ਕਿਆਮਤ ਯਕਫਰੂ ਨ ਬਿਸ਼ਰ ਕੇ ਕੋਮ ਨੀ ਕਿਆਮਤ ਦੇ ਤੇਰੇ ਸ਼ਿਰਕ ਦਾ ਇਨਕਾਰ ਕਰੇ ਸਰ ਅਤੇ ਜਿਹੜੀ ਖਬਰ ਮੈਂ ਅੱਲਾ ਪਿਆ ਤੇ ਕੋ ਦੇਣਾ ਇਵੇਂ ਵਕਤ ਦਾ ਮੌਲਵੀ ਅਤੇ ਪੀਰਾਂ 'ਤੇ ਕੋ ਖਬਰ ਕੋਈ ਨਹੀਂ ਦੇਵਣੀ ਹੁਣ ਇੱਥੇ ਸ਼ਿਰਕ ਆਖਿਆ ਨਾ ਅੱਲਾ ਹਾਂ ਸਭ ਤੋਂ ਵੱਡੀ ਬੁਨਿਆਦ ਸ਼ਿਰਕ ਦੀ ਹੈ ਵੀ ਆ ਤੂੰ ਦਫਨਾਵੇਂ ਅਤੇ ਵਾਤਾ ਕੇ ਸੁਣਦਾ ਹੀ ਪਾਏ ਜਾਣਦਾ ਹੀ ਪਏ ਵੇਦਾ ਹੀ ਪਾਏ ਇਹੋ ਮੁਸ਼ਰਕ ਹੀ ਵੀ ਹੋਰ ਕੋਈ ਮੁਸ਼ਰਕ ਦੇ ਸਿੰਘ ਹੋ ਤੇ ਬਾਦਸ਼ਾਹ ਮੁਸ਼ਰਕ ਕਿੱਥੋਂ ਲੱਭੀ ਹੈ ਸਾਂ ਮੁਸ਼ਰਕ ਲੱਭਦਾ ਕਿਉਂ ਕੁਰਾਨ ਕੋਲ ਪੁੱਛ ਦੋ ਕੁਰਾਨ ਆਖਿਆ ਕਿ ਕੋ ਹੈ ਕੌਣ ਹੈ ਦੱਸ ਅੱਲਾ ਦੇ ਕੁਰਾਨ ਕੇ ਕੋ ਤੂੰ ਆਦਾ ਪਏ ਮੁਸ਼ਰਕ ਕਿਹੜਾ ਬੰਦਾ ਹੈ ਖੁਦਾ ਕੁਰਾਨ ਵਿੱਚ ਆਪ ਦੱਸੇ ਸੀ ਕਿ ਮੁਸ਼ਰਕ ਕੌਣ ਹੈ ਕਾਨੂੰਨ ਵੀ ਬਿਆਨ ਕਰ ਦਿੱਤੇ ਇਸ ਕੇ ਬਹੁਤ ਸਾਰੇ ਲੋਕ ਹੋਣੇ ਨਾ ਮਮਾ ਯੋ ਮੈਨੂੰ ਅਕਸਰ ਹੁਮ ਬਿੱਲਾਹੀ ਲਾਭ ਹੁਮ ਮੁਸ਼ਰਕੂ ਅਕਸਰ ਨਮਾਜ਼ਾਂ ਪੜ੍ਹ ਸਿਰ ਰੋਜ਼ੇ ਰੱਖ ਸਿਰ ਜ਼ਕਾਤਾਂ ਦੇ ਸਿਰ ਹੱਜੂ ਕਰੇ ਸਿਰ ਤਾਂ ਹੱਜ ਤਾਂ ਪੜ੍ਹ ਸਿਰ ਅਤੇ ਅਕਸਰ ਕਰੇ ਸਿਨ ਸ਼ਿਰਕ ਸਦਵੇ ਸਿਨ ਮੁਆਇਦਾ ਇਸ ਗੱਲੋਂ ਖਿਆਲ ਰੱਖੇ ਮੁਸਲਮਾਨ ਜਾਨਵਰ ਮਰਦਾ ਪਿਆਓ ਵੀ ਆਪ ਛੁਰੀ 'ਚ ਰੱਖੇ ਇਲਾ ਮਾ
سکئی تو تو مسلمان چھری رکھیں بے دین کو چھری نہ رکھن دے وے اگر بے دین کو لو چھری رکھوائی تا ایتھو بگاڑ کو کھامڑ دے وے تا بہتارے او بھی بگاڑے اے بھی بگاڑے او میڈا اپنا بنا ہویا بگاڑے اے کو شیطان دا بنا ہویا بگاڑے کیوں دو او بگاڑے میں آپ کو بگاڑ بنایا پیا لیکن اے انسان بگاڑے میں کو بگاڑ نہیں بنایا میں تا کہ وطین و سیتول و تور سینین و حاز البلد الامین لقد خلقنا الانسان فی احسن تقویم پنج شوید بنایا انتبات میں کہ میں انسان بنایا اے پیا لیکن جدہ مقام تو ہٹ گئے میں کہ انم المشرکون نجسو اے مشرک گندگی بھی اے مشرک ٹٹی بھی اے مشرک ڈھیر بھی گندگی دے اندر وڑ سے تاں بھی پلیت ہو ویسے گندگی اڑ کے تیرے اتے آ ونے تاں پلیت ہو سے تاں تا میں کہ گندگی گھننے بھی نہیں تے گندگی کو دے میں بھی نہیں ولا تن کی گھل مشرکات مشرک دی لڑکی گھننے بھی نہیں تے ولا تن کی گھل مشرکین مشرک دے میں بھی کوئی کہ او دوے پلی تے نجسے گندگی پی تے تو بندہ تیے بین کیوں کہ تو میری منہ ڈالیں تے سارا دی ٹھکرا دے بنا لیں اس گلوں خیال رکھیں تے دا تین دا جوڑ نہیں ٹھک دا تا تا میں دنیا تے تے کو آکھ ہے کہ خیال رکھے نکاہ بھی کریں تا اپنے جیاں لبیں دو کہیں کو ڈیونی ہوئی بھی اپنے جیاں لب کے ڈیویں پیا اس گلوں اللہ سکئی تم اگر تو سا آپ زبان چا کرو تا او مسلمانو حلال تواڑے واسطے اگر تو سا زبان کر سکو تا خیال رکھو تو اگر مشرک زبان چا کرے تا بالکل حرام نے ہن خاصو مشرک دی مشرک دا بھی پتہ لگ گیا کہ نہیں لگا ہاں اگے اللہ ہور وت بس نہیں کیتا اللہ فرمائے ما زبحالن نو سوے جیرا بندہ گھر وچ زبان نہ کرے تھلے دے اوتے ونج کے زبان چا کرے ایتھے ہی ہن راون دے وے نہ دے وے انگے ایتھے ہی تھلے دے اوتے ونج کے زبان چا کرے باویں میرے ناں تے وی زبان چا کرے لیکن پیر دے تھلے تے زبان کرے تا تاں وی حلال نہیں وی نہ پیا کرے الا کے کرے ما زبحالن نو سوے جرا تھلاں دے اوتے زباں کیتا ونجے مزاراں دے اوتے زباں کیتا ونجے درباراں دے اوتے زباں کیتا ونجے چاہے کسی دا وی کیوں نہ ہوے ما زبیالن نو سوے جرا زباں کیتا ونجے بھاویں مرغا وی کیوں نہ ہوے بکرا وی کیوں نہ ہوے ڈانگ وی کیوں نہ ہوے منجھ وی کیوں نہ ہوے بھاویں اونٹ وی کیوں نہ ہوے میرے دروازے کو چھوڑ کے تے نپ کے تے خیراں دے دروازے تے وانی کے زبا چکرے تقرب سمجھ کے زبا پیا کرے دے باویں لاکھ دفعہ کلمہ پڑھ کے زبا کیوں نہ کرے تاں وی فیل اندا مشرکاں لاہی وی تاں وی نہ پیا کھاویں تیرے واسطے جائز کوئی نہیں ما سبحان دو سوے تھلاں دے اوتے زبا کیتے ہوئے جانور وی تیرے واسطے کھاونا جائز کتن جائز کوئی نہیں تے دوجا وی خیال رکھ تستقسمو بالازلام مشرکاں دا طریقہ کہ خیسے بنا کے وط پیر دے نا دے اوتے رکھے ہوئے ہوں دے اے کڑے رکھے ہوئے ہوں دے اوتے لکھا ای فال اے دے چھوڑو ای کو کہیں تے لکھا ہوں دا لا تفال اے کم تو سا نہ کرو کنا دے اوتے خالی ہوں دا تے وہ لکھ دے ہوں دے ہیں تے اوتے ہی حصے بوجھیاں جو کڑ کے آکھے نا ہاں کڈو اے فلانے دا نا اے اگے اگر نکلے ای فال تا چاہ دے ہوئی کو حصہ ہی دا ہوئے پیا ہون سہی دے نا دا حصہ کڈو بوچی دے اندر ہاتھ مارے نا تے کونہ لکھا ہویا ملے آدھو لا تا فالی کو کاش نہیں دے وڑی ساڑے پیران کھڑی تے ہی کو دے دے ہوئی کو نہ دے ہو اے پیران دے ناما من کے تے تقسیمہ کرے دے خیال رکھا ہے مسلمانوں تو سا انہ دے گل نہیں مننی میدا حکم من کے تقسیم کرنا اے پیا اگر ست شریک ہو تو سا آپس دے اندر
ਤਾਂ ਸੱਤੇ ਸੱਤ ਹਿੱਸੇ ਚ ਬਣਾਏ, ਸੱਤ ਹਿੱਸੇ ਬਣਾ ਕੇ ਹੁਣ ਬਰਾਬਰ ਬਰਾਬਰ ਤੁਸੀਂ ਤਕਸੀਮ ਕਰਨੇ ਪਏ। ਅਗਰ ਤੋ ਕੋਈ ਵੇ ਡਰੇ ਦੋ ਮਤ ਕਹਿੰਦੇ ਦਿਲ ਚ ਬੁਝੇ ਸ਼ਾ ਵਨੇ, ਵਤ ਸੱਤ ਕੁਣੇ ਤੁਸਾਂ ਚ ਬਣਾਓ ਰਲਾ ਮਿਲਾ ਕੇ ਮਾਸੂਮ ਬੱਚੇ ਕੁਚ ਦਿਓ। ਹਰ ਹਰ ਹਿੱਸੇ ਦੇ ਉੱਤੇ ਰੱਖਵੇ ਦਾ, ਜਿਸ ਦਾ ਜਿਸ ਹਿੱਸੇ ਤੇ ਕੁਣਾਓ ਸੀ ਉਹ ਹਿੱਸਾ ਉਹਦਾ ਸੀ। ਇਸ ਗੱਲੋਂ ਮੇਰੀ ਮਨੇ ਦਿਆਵਾਏ ਤੇ ਖੈਰਾਂ ਦੀ ਛੁੜੇ ਦਿਆਵਾਏ, ਇਹ ਕੰਮ ਤੁਸਾਂ ਕਰੇ ਦਿਆਵਾਏ। ਅੱਗੇ ਵਾਸਤੇ ਮੁਸਲਮਾਨੋ ਖਿਆਲ ਰੱਖੇ ਪਏ ਤੁਸਾਂ, ਜੇ ਇਹ ਕੰਮ ਕਰੇ ਸੋ ਕਿਹੜਾ ਕੰਮ ਅੱਲਾ, ਜਦਾਂ ਤੁਸਾਂ ਸੋ ਵਾਕੀ ਅੱਲਾ ਮੁਰਦਾਰ ਵੀ ਹਰਾਮ ਹੈ, ਜਦਾਂ ਐਲਾਨ ਕਰੇ ਸੋ ਦਮੇ ਮਸੂ ਵੀ ਹਰਾਮ ਹੈ, ਜਦਾਂ ਤੁਸਾਂ ਐਲਾਨ ਕਰੇ ਸੋ ਦੋ ਵਾਕੀ ਅੱਲਾ ਖਨਜ਼ੀਰ ਵੀ ਹਰਾਮ ਹੈ, ਜਦਾਂ ਤੁਸਾਂ ਮਨ ਵੇ ਸੋ ਦਮੇ ਦੇ ਅਲਾਵਾ ਖੈਰਾਂ ਦੇ ਨਾਂ ਤੇ ਤਕਸੀਮ ਥੀ ਵਣ ਲਿਆ ਸਬੀਲਾ ਵੀ ਹਰਾਮ, ਜਿੱਦਾਂ ਤੁਸਾਂ ਮਨ ਵੇ ਸੋ ਗਰਦਨ ਤਬਾਹ ਹੋਏ ਜਾਨਵਰ ਵੀ ਹਰਾਮ, ਜਿੱਦਾਂ ਤੁਸਾਂ ਮਨ ਵੇ ਸੋ ਦੋ ਉੱਚੀ ਜਗ੍ਹਾ ਤੋਂ ਉਠਾਏ ਵਨੇ ਜਾਨਵਰ ਤੇ ਆਪਣੀ ਮੌਤ ਮਰ ਵਨੇ ਉਹ ਵੀ ਹਰਾਮ ਹੈ, ਜਿੱਦਾਂ ਤੁਸਾਂ ਮਰ ਵੇ ਮਨ ਵੇ ਸੋ ਕੇ ਬੱਕਰੀ ਦੂਜੀ ਬੱਕਰੀ ਕੋ ਸੀਗ ਮਾਰੇ ਉਹ ਫਟ ਵਨੇ ਤੇ ਜ਼ਬਾਂ ਕੀਤੇ ਬਗੈਰ ਮਰ ਵਨੇ ਤਾਂ ਵੀ ਹਰਾਮ ਹੈ। ਅਗਰ ਕੋਈ ਭੇੜਿਆ ਚਾਹ ਵਨੇ ਤੇ ਉਹਦੇ ਚਾਵਣ ਨਾਲ ਜਾਨਵਰ ਦਬਾਵਣ ਨਾਲ ਮਰ ਵਨੇ ਉਹ ਵੀ ਹਰਾਮ ਹੈ, ਜਦਾਂ ਤੁਸਾਂ ਮਨੇ ਸੋ ਥੱਲਾਂ ਦੇ ਉੱਤੇ ਜ਼ਬਾਂ ਕੀਤੇ ਹੋਏ ਜਾਨਵਰ ਵੀ ਹਰਾਮ ਹੈ, ਜਦਾਂ ਤੁਸਾਂ ਮਨੇ ਸੋ ਦੋ ਪੀਰਾਂ ਦੇ ਨਾਂ ਤੇ ਤਕਸੀਮ ਥੀਵਾਂ ਵਾਲੇ ਹਿੱਸੇ ਵੀ ਹਰਾਮ ਹੈ। ਮੈਂ ਅੱਲਾ ਕੇ ਐਲਾਨ ਕਰੇ ਸਾ ਵਤ ਮੈਂ ਤੋ ਕੋਈ ਗੱਲ ਕਰੇ ਸਾ ਲਿਓ ਮਯਾਏ ਸੱਲਦੀਨ ਕਫਰੂ ਮਿਲ ਦੀਨ ਕੋ ਫਲਾ ਤਖਸ਼ੂਹੁਮ ਵਖਸ਼ੂ, ਅੱਜ ਤੁਹਾਡੇ ਦੀਨ ਤੂੰ ਕਾਫਿਰ ਨਾ ਉਮੀਦ ਹੋ ਚੁੱਕੇ ਨਾ। ਅੱਗੇ ਅਸਾਂ ਆਪਣਿਆ ਮਨਵੇ ਦਿਆ ਸੀ, ਅੱਜ ਸਾਧਿਆ ਨੀ ਮਨੇ ਦਾ ਤੇ ਅੱਲਾ ਦਾ ਮਨੇ ਦਾ ਵੇ ਦੇ ਅਲ ਯੋਮ ਯਾ ਸੱਲਦੀਨ ਕਫਰੂ ਮਿਨ ਦੀਨ ਕੋ, ਹੋਰ ਤੁਹਾਡੇ ਦੀਨ ਤੂੰ ਕਾਫਿਰ ਮਾਯੂਸ ਹੋ ਚੁੱਕੇ ਨਾ, ਕਿ ਉਦੋਂ ਪੀਰਾ ਕੋਲ ਵੰਡਵੇ ਨੇ ਤੇ ਤੁਸਾਂ ਅੱਲਾ ਵੱਲ ਹਿੱਸੇ ਕਰਵਾ ਕੇ ਵੰਡੇਂਦੇ ਹੋ, ਉਹ ਖੈਰਾਂ ਦੇ ਨਾਂ ਤੇ ਸਬੀਲਾ ਲੈਂਦੇ ਤੇ ਤੁਸਾਂ ਅੱਲਾ ਦੇ ਨਾਂ ਦੀਆਂ ਲੈਂਦੇ ਹੋ, ਉਹ ਹਲਾਲ ਸਮਝੇ ਨੇ ਮੁਰਦਾਰ ਕੋ ਤੇ ਤੁਸਾਂ ਹਰਾਮ ਸਮਝਦੇ ਹੋ। ਮੈਂ ਉੱਥੋਂ ਕੇ ਅਕਸਾ ਅੱਜ ਤੁਹਾਡੇ ਕੋਲੋਂ ਇਹ ਬੇਦੀਨ ਨਾ ਉਮੀਦ ਹੋ ਚੁੱਕੇ ਨਾ, ਖਿਆਲ ਰੱਖੇ ਫਲਾ ਤਖਸ਼ੂਹੁਮ ਵਖਸ਼ੂ ਨਹੀਂ, ਹੁਣ ਇਹਨਾਂ ਕੋਲ ਨਹੀਂ ਡਰਨਾ। ਦੋ ਇਲਾਕੇ ਦਾ ਮਾਰ ਸਾਹਿਬੇ ਤੇ ਮੈਂ ਕੋ ਖਾਵੇ ਸੀ, ਇਹ ਖਾਨ ਸਾਹਿਬੇ ਤੇ ਮੈਂ ਕੋ ਖਾਵੇ ਸੀ, ਇਹ ਚੌਧਰੀ ਸਾਹਿਬੇ ਤੇ ਮੈਂ ਕੋ ਖਾਵੇ ਸੀ, ਇਹ ਸ਼ਾਹ ਸਾਹਿਬੇ ਤੇ ਮੈਂ ਕੋ ਖਾਵੇ ਸੀ, ਇਹ ਆਲਾ ਹਜ਼ਰਤ ਤੇ ਮੈਂ ਕੋ ਖਾਵੇ ਸੀ। ਨਹੀਂ ਨਹੀਂ, ਮੌਤ ਦਾ ਮਾਲਿਕ ਮਾਇਆ, ਜ਼ਿੰਦਗੀ ਦਾ ਮਾਲਿਕ ਮਾਇਆ, ਇੱਜ਼ਤ ਦਾ ਮਾਲਿਕ ਮਾਇਆ, ਕਾਇਦੇ ਹੱਥ ਚ ਮੈਂ ਮੌਤ ਨਹੀਂ ਦਿੱਤੀ। ਅਗਰ ਸਾਰੀ ਦੁਨੀਆ ਤੇਰੀ ਦੁਸ਼ਮਣ ਬਣ ਵਣੇ ਤਾਂ ਕੋਈ ਗੱਲ ਨਹੀਂ, ਇਬਰਾਹੀਮ ਅਲੈ ਸਲਾਮ ਦੇ ਵੀ ਤਾਂ ਪਿਓ ਦੁਸ਼ਮਣ ਹੈ, ਫਿਰਾ ਬਾਕੀ ਵੀ ਦੁਸ਼ਮਣ ਬਣ ਗਏ, ਕੌਮ ਵੀ ਦੁਸ਼ਮਣ ਬਣ ਗਈ, ਬਿਰਾਦਰੀ ਵੀ ਦੁਸ਼ਮਣ ਬਣ ਗਈ, ਕੁੰਬਾ ਵੀ ਦੁਸ਼ਮਣ ਬਣ ਗਿਆ, ਇਲਾਕੇ ਦਾ ਬਾਦਸ਼ਾਹ ਵੀ ਦੁਸ਼ਮਣ ਬਣ ਗਿਆ ਪਿਆ। ਨਾਪ ਕੇ ਇਬਰਾਹੀਮ ਕੋ ਦੇ ਅੱਗ ਦੇ ਚਿਖੇ ਚ ਸੱਟਿਆ ਨੇ, ਕੱਪੜੇ ਵੀ ਉਤਾਰ ਕੇ ਦਿਆ ਲੈ, ਲੇਕਿਨ ਮੈਂ ਅੱਗ ਨਾਲ ਗੱਲਾਂ ਚੱਕੀ ਤੀਆਂ ਇਬਰਾਹੀਮ ਨਾਲ ਵੀ ਨਾ ਕੀਤੇ, ਖਬਰਦਾਰ ਅੱਗ ਤੇਰੇ ਅੰਦਰ ਉਹ ਆਉਂਦਾ ਪਏ ਜਿਹੜਾ ਮੇਰੀ ਬਣੇ ਦੇ ਤੇ ਬਾਕੀ ਕਾਇਦ ਨਹੀਂ ਮਲੈਂਦਾ, ਹਾਰ ਦੀਆਂ ਛੋੜ ਦਿੰਦੇ ਲੇਕਿਨ ਮੇਰੇ ਆਕਾਮ ਨਹੀਂ ਛੁੜੇਦਾ। ਸਾਰੀ ਦੁਨੀਆ ਕੋ ਮੈਂ ਵੇਖਿਆ ਭਾਂਬੜ ਤਾਂ ਪਖਦੇ ਰਹਿ ਗਏ, ਲੱਕੜੀਆਂ ਤਾਂ ਜਲਦਿਆ ਰਹਿ ਗਏ, ਦੁਸ਼ਮਣ ਤਾਂ ਚਾਰ ਪਹੀਆਂ ਤੇ ਕੁਰਸੀਆਂ ਸੱਟ ਕੇ ਵੇਦੇ ਰਹਿ ਗਏ, ਲੇਕਿਨ ਇਬਰਾਹੀਮ ਦੇ ਮੈਂ ਵਾਲ ਕੋ ਵੀ ਸੇਕ ਨਹੀਂ ਆਵਣ ਦਿੱਤਾ, ਮੈਂ ਸਮਝਾ ਦਿੱਤੇ ਕਿ ਮੋਮਨੋ ਜਿਹੜਾ ਮੇਰਾ ਬਣ ਵਣੇ ਮੈਂ ਉਹਦੇ ਵਾਲ ਕੋ ਵੀ ਸੇਕ ਨਹੀਂ ਲੱਗਣ ਦਿੱਤਾ। ਇਸ ਗੱਲੋਂ ਮੇਰੇ ਧਾੜਾ ਲੈ ਬਣ ਵਜੋ, ਜਿਹੜੇ ਇਹ ਕੰਮ ਤੁਸਾਂ ਕਰੇ ਸੋ ਤੁਹਾਡੇ ਮਾਮੇ ਵੀ ਦੁਸ਼ਮਣ ਬਣ ਸਨ, ਉਹ ਤੁਹਾਨੂੰ ਸਬੀਲਾ ਦੇ ਗਿਲਾ ਦੇ ਸਨ ਤੇ ਤੁਹਾਨੂੰ ਕੋਈ ਨਾ ਕੋਈ ਨਾ, ਮੈਂ ਤਾਂ ਘਿਰਣੀ ਕੋਈ ਨਹੀਂ, ਉਹ ਜਾਨਵਰ ਜ਼ਬਾਂ ਕਰੇ ਸੀ ਤੇ ਆ ਕੇ ਤੇਰੇ ਘਰ ਬੋਟਿਆ ਦੇ ਸੀ, ਤੁਹਾਨੂੰ ਕੋਈ ਨਾ ਕੋਈ ਨਾ, ਮੈਂ ਤਾਂ ਲਾਵਣੀ ਕੋਈ ਨਹੀਂ, ਉਹ ਰਿਸ਼ਤੇ ਦੀਆਂ ਆਫਰਾਂ ਕਰੇ ਸੀ ਤੇ ਤੂੰ ਆਖ ਕੋਈ ਨਾ ਕੋਈ ਨਾ, ਤੇਰਾ ਮੇਰਾ ਰਿਸ਼ਤਾ ਹੈ ਕੋਈ ਨਾ, ਉਹ ਤੇਰੇ ਕੋਲੋਂ ਰਿਸ਼ਤਾ ਮੰਗ ਸੀ ਤੇ ਤੂੰ ਆਖ ਕੋਈ ਨਾ ਕੋਈ ਨਾ, ਤੇਰਾ ਸਾਡਾ ਤਰੀਕਾ ਹੈ ਕੋਈ ਨਾ, ਉਹਦੇ ਜਨਾਜ਼ੇ ਪੁੱਤਰਾਂ ਦੇ ਪੜਸੇ ਪੜਨੇ ਪੋਸੇ ਤੇ ਤੂੰ ਆਖ ਕੋਈ ਨਾ ਕੋਈ ਨਾ, ਮੈਂ ਤਾਂ
पढ़ना कोई नहीं। जरे कम करे सियालियो मैया सल्लजीन कफरू मिल दीन को काफिर तेरे दीन तू ना उम्मीद होवे सी आज तेरे नालू त्रोड़ बासी तेरे नालू तम्मे त्रोड़ बासी तेरे नालू सारे रस्से वस्से त्रोड़ बासी वत ख्याल रखे फला तक शौगुम बख्शौली वत मैं अल्लाह कोलो डरे उनो कोलो ना प्या डरे मेरे दिल अपने दिल दे अंदर खौफ मैं अल्लाह दा रखे जिवें बाबा इब्राहिम खौफ बेदा रखी वदा सारी दुनिया कोल कोई नहीं प्या डरदा जेंदे दिल च मैं वसदा वा अग दे भांबड़ा च वी लगा वने तां वी मैं जलन नहीं देदा ता जिवें मूसा कलीमुल्ला पिया दिल तो मेरे अपने दिल च मैं अल्लाह दा डर रखी वदा फिरौन जैं सालिम दे सामने वी तबले करे दरै दो तू कुछ नहीं कर सकदा ला इस गलो ख्याल रखे मेरी बने दावे ते सारा कुछ छुड़े दावे ए जदा कम तू करे से वत मैं के अक्सा अल यौमा कमल तो लकुम दीन को वात मम तो अलैकुम निमती वरसी तो लकुम इस्लाम दीना अल यौमा कमल तो ओए मैं से शाबा शाह तेरा दीन मुकम्मल हो गए शाबा सो दिखार तेरा दीन मुकम्मल हो गए शाबा सो नवाबा तेरा ईमान मुकम्मल हो गए अल यौमा अकमल तो को मजदा सारिया को लो निखड़ वैसे सारिया को नजायज आक्से सारिया को छोड़ दे से ते मैं को ना छुड़े से ओने मैं बेलान करे सा अल यौमा अकमल तो लकुम दीन कुम आज तेरा दीन कामिल नारे दिल कामिल होंदा भी उस वक्त है जदा अल्लाह दे दुश्मन को भाई काट कर जब तक दुश्मन नाल भाई काट न करे से मुनाफिक बन के रास ईमानदार नहीं बन सकता ये समझ नहीं है। हाँ इब्राहिम नहीं आता खड़ा बदा बैनना ओए मेरी काओ माले ओ तो आदे ते साड़ियां झोका नहीं लग सकदियां कट तो सांसा कटे नहीं हो सकदे कि ओ दो असा अल्लाह ले आए ते तो संतले आला दे ही वे पाए हाँ तो आदा साड़ा झोक तेरा साता रसई हो सकदी है तो सामी ही का अल्लाह ले बाणवन जो वा तो सांसा ही को कुछ बाणवे सो इस गलू जना निखोड़े पैदा करे से रिश्ते भी त्रुट श्री जदा निखेड़े पैदा करे से मामे भी रुस से नाने भी रुस से मामा भी बद्दुआ दे से लेकिन एक ख्याल रखे अल्लाह दी कसम मुवायदा दुनिया दे इतबार नाल प्यू चार थप्पड़ भी मार वन्नी कोई हरज नहीं दुनिया दे लिहाज नाल माल लितरा नाल बूथा सुजा सट्टी भी कोई हरज कोई नहीं जिथे दीन दा मामला वन्ने ते मां ते को आखे पुत्रा हुण तां सीजा ना गए सारिया गड़िया भर के सिंध च पवे दिल मेकू भी सटूकरी ते चढ़ा घेर बजे मेकू भी घेर बजे हाँ चलो सोड़े होनी ता दीदार ता कर मुआना लेकिन तू दिल च तेरे चला वसदा पिए तू ही कल्ला दा बड़ा खड़े आदे अम्मा जी ए चवेख मैं गरीब गल तेरी नहीं मर सकदा ते उथई मां के ओ शाला त्रोट वस ए छल चा चा के ते पिट दी पयो वे ते कोई शाला पुत्रा ए जीटी रोड दे ट्रक तले आवे ते फीतरे नाल फीतरा हो वजे शाला तेरा खून दा लहिक नुकता भी ना पिया लबे शाला हड्डियां भी तेरे जानवर ते कुत्ते खा वजे दफनावण दा सागो मौका भी ना पिया मिले पियू भी बद्दुआ खड़ा दे दा वी मां भी बद्दुआ खड़ी दे दियो ए अल्लाह फरमा दे ओ बद्दुआ देवे ते मैं अक्सर शाबाश ओए रामता होवे नो कमला तेरे उते रामता होवन ते बरकता होवन कि ओ दो दुआ पियो देवे ता उंदे बदले ता मैं देंदा होना बद दुआ मां पियो देवे ता तां भी बद दुआ मां दे सिले मैं देना होना आवे एक ता सही असहाब काफले ता सत नौ जवान है ना सारियां पियुआ दी भी निखेड़ी कीती खड़े हैं बावा को भी नाराज कीती खड़े हैं बापा को भी नाराज कीती खड़े हैं पीरां कोल भी मोह मो
मोले खड़े हैं, सारी कौम को नाराज थे खड़े होते हैं, लेकिन मन के निखड़े खड़े दिन यार वो पैदा करने वाला ओ है ते वो कुछ छोड़ के संकेरा दे ना ते सजदे करो साडे लए कोई रे। इस गल सारी दुनिया को तो सा छोड़ सकते हैं लेकिन अल्लाह रब इज्जत को सदै छोड़ सकते हत्ता के वो इलाका छोड़ के तो टुर गए हैं लेकिन उन्होंने नाल उत्थे शरीक कोई नहीं है। इन्हें इन आखा जरा तुसा उत्ते हो आओ ते असा तले थोड़ा जोड़ पैदा करे दे जोड़ समझे दे हो है हाँ बच्चों जरे आज जोड़ लगते वधे ना अल्लाह महफूज रखे ना जोड़ा तो कुरान दा लगा होया जोड़ के नहीं त्रट नहीं सकता। अल्लाह फरमाया शिद्दा वलल कुफार रुमाउ बैनहुम काफरां ते तलुए दी लठन ते अपने वास्ते एक खंड ते खीर मत सहाबा हिरो अमाउ बैनहुम एक बैद दुश्मन कतन नहीं एक बाय नाल कि नहीं भी लड़ नहीं सकते होंगे एक बाय दे दुश्मन कोई नहीं दूजे दे कुरान नाल जोड़ लग गए सारे जहान दे जोड़ा बजन लेकिन वो त्रुट सकते शर्त ही है कि सब तू पहले त्रोड़ पैदा कर दे पहले त्रुट से क्यों तो तेरे अंदर है अलैश है सारा खेद रली बिल्ली खड़ी है जेरे निखारना पवे ना हर चीज़ रली पई होवे हार ते मोती जेरे विच अड़े बुड़े पे होन वत खुले दे टाइम कई लड़ी त्रुट वेंदी मोती ढह भी वेंदे होंदे हैं वत कोई केर भी वेंदे कोई लभदे भी नहीं इवें जेरे मोती वाले लड़ी त्रुटी ना ते तू जेरे निखेड़ से वत रिश्ते तो त्रुट से ना ते जेरे वत लद्दे मोती ते वाला जेरे पुवींदे ते जेरे सीधे ते खड़दे वत चमकदे खड़े होंदे खुशाओ दया शोले पाए निकलते होने इस गलो त्रुट सिन भी सही फुट सिन भी सही लड़ सिन भी सही ते बिड़ दे भी सही लेकिन खबर में ना पिया कि उदो मत तू आखे मैं ता अमीन ते वत लड़ दे खड़े रपए मैं ता सच्चा ते वत लड़ दे पाए रपए मेरा रसूल को अमीन भी आदे होंदे है सादिक भी आदे होंदे है सारे गल्ला करे दे होंदे है रपए लेकिन जेरे अल्लाह दे रसूल जेरे मसला बयान की तैला इलाहा इल्लल्लाह इन नहीं आखा तो बारिश देवाना लाला इन नहीं आखा तो पुत्र देवाना लाला इन नहीं आखा तो धी देवनिया लाला इन नहीं आखा तो इज्जत जिल्लत दा मालिक अल्लाह नहीं पहले सट मारिए सलाम हुबुल नहीं दे सकदा पोत्र लात नहीं दे सकदा पोत्र मनात नहीं दे सकदा पोत्र ला दी सट पेले मारता के हर चीज त्रोड़ जदा ला दी सट मारी इस वत ला इलाहा इल्लल्लाह जरे गल उठिए वत हुए अपने भी जरे अमीन थे तो अपने कोई न रह गए वत वतन को लोबे वतन भी कर छोड़ा ने वत चट्टा भी मासूम धीरे दे उन्हें दे मासूमा बच्चियां दे उते मरे दे रह गए ते रसूलुल्लाह बर्दाश्त करे दा रह गए वत अपने भी उते गिच्ची दे अंदर कपड़ा घी कपड़ा घात के वट के मक्के दे गल्ले च घसीटा इने पिया इस गलू जडा ला इला इल्लल्लाह दा मसला तो मरे से ए तो यकीनी गल है दुख भी असने तकलीफा भी असने अपने भी नाराज हो सर बेगाने भी नाराज हो सर उन्नू ओ नाराज हो सर वे दे ते इन्नू अल्लाह सियाल यो अकमल तो लकुम दीन को तेरा दीन मुकम्मल हो गए ओ जट्टा ओ गरीबा ओ मस्कीना ओ मुसाफिरा ओ रंग दे कालिया अज दीन तेरा मुकम्मल हो गए वातमम तो अलैकुम नेमती व रजी तो लकुम इस्लाम दीना अज अपनी नेमत मैं इस्लाम अली तेरे उते मुकम्मल कर छोड़ी अज मैं तेरे दीन को राजी हो गया अज मैं तेरे को राजी आ परेशान थी जी हुई तेरी रूह निकल सी तो मैं के अक्सकील दुखुल जन्ना और सत्ता बहिष्ट दाखिल हो जा।
ਇਹ ਕੰਮ ਤੂੰ ਕਰੇਂਦਾ ਸ਼ਰਤ ਇਹੀ ਕਈ ਵੀ ਆ ਕੰਮ ਲਿਆ ਦਿੱਲੀ ਚ ਮੈਂ ਅੱਲਾ ਕੋ ਵਸੇਦਾ ਰਹਿ ਵਾ ਮੇਰੀ ਮੰਨੇਦਾ ਤੇ ਬਾਕਿਆ ਕੋ ਛੁੜੇਂਦਾ ਵੱਧ ਮਾਂ ਵੀ ਬਦੁਆਵਾਂ ਦੇ ਸੀ ਤਾਂ ਕੋਈ ਬਦੁਆ ਨਾ ਮਿਲ ਸੀ ਜਦਾਂ ਇਹ ਕੰਮ ਤੂੰ ਕਰੇ ਸੀ ਅਸਾਬੇ ਕਾਫਲ ਗਾਰ ਚ ਸੁੱਤੇ ਤੇ ਮਾਂ ਦਾ ਮਾਸੂਮ ਬੱਚਾ ਜਦਾਂ ਸੁੱਤਾ ਪਿਆ ਹੋਵੇ ਤੇ ਧੁੱਪ ਪਈ ਚੜ੍ਹਦੀ ਆਉਂਦੀ ਹੈ ਡੂ ਤਰੀਕੇ ਮਾਂ ਕਰੇ ਦੀ ਆਉਂਦੀ ਹੈ ਜਾਂ ਮਾਸੂਮ ਕੁਚਾ ਕੇ ਤੇ ਅੰਦਰ ਚ ਰੱਖਦੀ ਏ ਪਈ ਤੇ ਪੱਖੇ ਥੱਲੇ ਤੇ ਆਵਤ ਉੱਥੇ ਚਾਰ ਪਈ ਬੈਣ ਪਈ ਰਾਂਦੀ ਏ ਤੇ ਚਾਰ ਪਈ ਖੜੀ ਕਰ ਦੇਦੀ ਏ ਸੂਰਜ ਕੋਲੋਂ ਉੱਤੇ ਕੱਪੜੇ ਵੀ ਛੱਡ ਗਦੇ ਦੀਏ ਤਾਂ ਕਿ ਸੂਰਜ ਦੇ ਛੁਆਵਾਂ ਵੀ ਮੇਰੇ ਮਾਸੂਮ ਕੋ ਨਾ ਲੱਗੇ ਲਾ ਬਤ ਕੰਮ ਵੀ ਕਰੇਂਦੀ ਰਹਿੰਦੀ ਹੈ ਤੇ ਮੋੜ ਮੋੜ ਵੇਥੀ ਵੀ ਰਹਿੰਦੀ ਹੈ ਆਖਿਰ ਛੋਟਾ ਬੱਚਾ ਦੋਹੇ ਪੀਆ ਇੱਕੀ ਸਾਈਡ ਦੇ ਉੱਤੇ ਪੀਆ ਪੀਆ ਇਹਦੀ ਸਾਈਡ ਲੱਗ ਪਏ ਸੀ ਚਾਹ ਕੇ ਸੱਜੇ ਖੱਬੇ ਵੀ ਆਪ ਤਬਦੀਲ ਕਰੇਂਦੀ ਵਧੇਰਾ ਦੇ ਅੱਲਾ ਰੱਬੋਲੀ ਜ਼ਫਰਮਾਂਦੇ ਜਨਾ ਸਾਹਿਬ ਕਾਫਲੇ ਜਿਹੜੇ ਮੇਰੀ ਮਨੇ ਦੇ ਗਏ ਤੇ ਬਾਕੀ ਪਿਓ ਮਾਂ ਤੇ ਸਾਰੀਆਂ ਕੋ ਛੁੜੇ ਦੇ ਗਏ ਜਿੱਦਾਂ ਉਹ ਗਾਰ ਚਾਹ ਸੁੱਤੇ ਨਾ ਹੁਣ ਮਾਂ ਤਾਂ ਹੈ ਹੀ ਕੋਈ ਨਾ ਦੋ ਬੱਚੇ ਕੋ ਕੰਨ ਦੇ ਉੱਤੇ ਥਪਕਿਆਂ ਦੇ ਕੇ ਦੇ ਸੋ ਮੋਜੀ ਮੇਂ ਵਦਾ ਸ਼ਾਲਾ ਜਲਦੀ ਕਰ ਜਲ ਜਲਾਲ ਤੋ ਆਈ ਬਲਾ ਟਾਲ ਤੋ ਜਲ ਜਲਾਲ ਤੋ ਆਈ ਬਲਾ ਟਾਲ ਤੋ ਤੇ ਕਈ ਮਾਵਾਂ ਦਿਨ ਉਹ ਦੁਪਹਿਰ ਦਾ ਬਲਊ ਆਉਂਦਾ ਪਈ ਦੁਪਹਿਰਾਂ ਦੀ ਮਾਂ ਆਉਂਦੀ ਪਈ ਉਹ ਦੁਪਹਿਰਾਂ ਦੀ ਮਾਂ ਕਿਹੜੀ ਉਹਦੀ ਉਹ ਆਉਂਦੀ ਹੈ ਜਿਹੜੀ ਇਸ਼ਾ ਦੇ ਟਾਈਮ ਹੀ ਟੋਕਰੇ ਤੈਨੂੰ ਰੋਟੀ ਚਾਹੀਦੀ ਹੈ ਅਤੇ ਦੁਪਹਿਰਾਂ ਕੋਈ ਨਹੀਂ ਬਚਕੇ ਦੀ ਉਹ ਬਲਾਉਂ ਦਾ ਪੀ ਖਾ ਵੇ ਸੀ ਮਾਸੂਮ ਚੁੱਪ ਕਰਕੇ ਠਸ ਲੈਣਾ ਲੱਖੀ ਬੰਦ ਕਰਦੇ ਤੇ ਵੱਤ ਖੁੱਲ੍ਹੇ ਦੇ ਤੇ ਵੱਤ ਵੀ ਮਾਂ ਥਬਕਿਆਂ ਦੇਦੀ ਬੈਠੀ ਆਉਂਦੀ ਜੰਗਾਂ ਵੀ ਦਬੇਂਦੀ ਬੈਠੀ ਆਉਂਦੀ ਸਿਰ ਵੀ ਦਬੇਂਦੀ ਬੈਠੀ ਆਉਂਦੀ ਅਤੇ ਨਾਲ ਨਾਲ ਮੱਥੇ ਦੇ ਉੱਤੇ ਬੋਸੇ ਵੀ ਦੇਦੀ ਬੈਠੀ ਰਹਿੰਦੀ ਸੋ ਮੋਸ਼ਾ ਲੱਜੀਂਦਾ ਰਹਿ ਵਜੇ ਸੋਮ ਪੋ ਮੈਂ ਕੰਮ ਕਰ ਕੇ ਨਾ ਤੇ ਵੱਤ ਬੱਚੜੇ ਕੋ ਨਿਲੇ ਸਮੇਂ ਸਹੀ ਵੱਤ ਅੱਟੇ ਨਾਲ ਆਠੜੀਆਂ ਵੀ ਕਰੇ ਸਾਂ ਤੇਲ ਨਾਲ ਅਠੇ ਸਾਈ ਸਹੀ ਆਡ ਕੇ ਧਵਾ ਕੇ ਨਿਹਾ ਕੇ ਪਾਊਡਰ ਲਾ ਕੇ ਸੁਰਮਾ ਪਵਾ ਕੇ ਵੱਧ ਰੱਸੀਆਂ ਨਾਲ ਵੀ ਬੰਨ ਛੁੜੇਂਦੀ ਹੈ ਧਣੀਆਂ ਦੇ ਨਾਲ ਹੱਥਾਂ ਕੋਈ ਮਜ਼ਬੂਤ ਚਾ ਕਰੇਂਦੀ ਹੈ ਪੇਰ ਵੀ ਮਜ਼ਬੂਤ ਚਾ ਵਧੇਂਦੀ ਦੇਖਣ ਵਾਲਾ ਤੱਡੇ ਦੇ ਦੋ ਕੜਾ ਪਏ ਥੀ ਆਏ ਲੇਕਿਨ ਉਹ ਆਦੇ ਕੋਈ ਨਾ ਕੋਈ ਨਾ ਮੇਰਾ ਸੋਹਣਾ ਇਵੇਂ ਸਿੱਧਾ ਬਣ ਸੀ ਦੋ ਛੋੜ ਦੇਵਾਂ ਤਾਂ ਹੱਥ ਵੀ ਡਿੰਗੇ ਹੋਵੇ ਸਦੇਸ ਪਿਆ ਛੋੜ ਦੇਵਾਂ ਤਾਂ ਟੰਗਾਂ ਵੀ ਡਿੰਗੀਆਂ ਹੋਏ ਸਨ ਚੀਖਦਾ ਵੀ ਰਹਿ ਵਜੇ ਲੇਕਿਨ ਮਾਂ ਦਾ ਦਿਲ ਦੇ ਉਹ ਕੋ ਪਤਾ ਹੈ ਦੋਏ ਜਿਹੜਾ ਚੀਕਣਾ ਇਸੇ ਆਰਜ਼ੀ ਹੈ ਪਿਆ ਹਮੇਸ਼ਾ ਵਾਸਤੇ ਸੁੱਖ ਦਿਆਂ ਨਿੰਦਰਾ ਪਿਆ ਮੇਰਾ ਪੁੱਤਰ ਸੌਦਾ ਹੋ ਸੀ ਅੱਲਾ ਰੱਬੋਲੀ ਦਾ ਫਰਮਾ ਦੇ ਕਮਲਿਆ ਮੈਂ ਵੀ ਤਾਂ ਤੇ ਕੋ ਠੇਂਦਾ ਤਾਂ ਦੁੱਖ ਦੇਂਦਾ ਤਾਂ ਤੇਰੀਆਂ ਲੇਸ਼ਾਂ ਕਰਦਾ ਤੂੰ ਦੇਖਾ ਪਤਾ ਲੱਗ ਵਜੇ ਤੋ ਹੌਲੇ ਹੌਲੇ ਬਰਦਾਸ਼ਤ ਹੀ ਕਰੇਂਦਾ ਮੈਂ ਦੁੱਖ ਮੈਂ ਦੇਂਦਾ ਤੂੰ ਹੁਣ ਮੈਂ ਦੇਦਾ ਤੂੰ ਮੇਰੇ ਕੋ ਸਦੇਂਦੇ ਜਾਂ ਬਾਬੇ ਹੋਣੀ ਕੋਲੋਂ ਤਵੀਦ ਲਿਖਵੇ ਮੈਂ ਹੁਣ ਦੇਦਾ ਤੂੰ ਮੇਰੇ ਕੋ ਸੱਦ ਮਰੇਂਦੇ ਜਾਂ ਖੈਰਾਂ ਕੋ ਸੱਦ ਮਰੇਂਦੇ ਮੈਂ ਵੱਧ ਦੇਦਾ ਤੂੰ ਹੁਣ ਮੈਂ ਬੰਦਾ ਹਾਂ ਤੇ ਕੋ ਕਿਨੇ ਜੇਲਾਂ 'ਚ ਵੀ ਸਟਵਾ ਛੁੜੇਂਦਾ ਨੌ ਨੌ ਮਹੀਨੇ ਵੀ ਠਕਵਾ ਛੁੜੇਂਦਾ ਦੇਦਾ ਤੂੰ ਹੁਣ ਮੇਰੀ ਥੜ ਕਰੇਂਦੇ ਜਾਂ ਹੁਣ ਖੈਰਾਂ ਦੀ ਥੜ ਕਰੇ ਸੀ ਇਵੇਂ ਜਦਾਂ ਸਾਬੇ ਕਾਫਲ ਸੁੱਤੇ ਨਾ ਹੁਣ ਮਾਂ ਤਾਂ ਹੈ ਹੀ ਕੋ ਨਾ ਜਿਹੜੀ ਕੰਨਾਂ ਦੇ ਉੱਤੇ ਥਪਕਿਆਂ ਦੇਵੇ ਲੇਕਿਨ ਮੈਂ ਆਪਣੇ ਰਹਿਮਤ ਦੇ ਹੱਥਾਂ ਨਾਲ ਮੈਂ ਆਪਣੇ ਰਹਿਮਤ ਦੇ ਰਹਿਮਤਾਂ ਦੇ ਨਾਲ ਆਪ ਉਹਨਾਂ ਦੇ ਕੰਨਾਂ ਦੇ ਉੱਤੇ ਥਪਕਿਆਂ ਦੇ ਕੇ ਸੁਮਾ ਉਹ ਸ਼ਾਲਾ ਜਿੰਦ ਜੀਵੋ ਸੰਮੋ ਸਮ ਪਵੋ ਥੱਕੇ ਤਰੋਟੇ ਵਧੇ ਵੇ ਤੁਸਾਂ ਟੁਰ ਟੁਰ ਕੇ ਤੇ ਵੱਤ ਜਿੱਦਾਂ ਮਾਂ ਦਾ ਬੱਚੜਾ ਸੁੱਤਾ ਪਿਆ ਹੋਵੇ ਹੁਣ ਮਾਂ ਦੀ ਤਾਂ ਜ਼ਰੂਰਤ ਨਹੀਂ ਦੋ ਸੂਰਜ ਕੋ ਆਖੇ ਇੰਝ ਹੋ ਵਾਂਜਾ ਇੰਝ ਹੋ ਵਾਂਜਾ ਮਾਂ ਆਪ ਵੱਧੀ ਛਾਂ ਬਣੇ ਦੀ ਆਉਂਦੀ ਹੈ ਲੇਕਿਨ ਮੈਂ ਸੂਰਜ ਕੋ ਹੱਕਾ ਲਿੱਤੇ ਖਬਰਦਾਰ ਸੂਰਜ ਆ ਤੂੰ ਆਪਣੇ ਪਾਸੇ ਬਦਲ ਛੋੜ ਲੇਕਿਨ ਮੇਰਿਆਂ ਇਹਨਾਂ ਗਰੀਬਾਂ ਬੱਚਿਆਂ ਕੋ ਆਖੇ ਕੁਝ ਕਿ ਉਦੋਂ ਮੇਰੇ ਕੋ ਤਵ ਰੱਖੀ ਵਧਣ ਤੇ ਬਾਕੀ ਸਾਰਿਆਂ ਨਾਲ ਵੰਜਾਈ ਫੇਰੀ ਵਧੇਰ ਪਏ ਆਪ ਪਾਸਾ ਬਦਲ ਵਾਂ ਅਸਾਂ ਕੋਈ ਨਹੀਂ ਵੀ ਬਦਲਣਾ ਉਹ ਪਈਆਂ ਮਾਵਾਂ ਹੁੰਦੀਆਂ ਜਿਹੜੀਆਂ ਕਮਜ਼ੋਰ ਹੁੰਦੀਆਂ ਜਿਨ੍ਹਾਂ ਦੇ ਆਡਾ ਤੇਰੇ 'ਤੇ ਨਹੀਂ ਚੱਲਦੇ ਉਹ ਆਪ ਚਾਰ ਪਈਆਂ ਖੜੀਆਂ ਕਰਕੇ ਉੱਤੇ ਕੱਪੜੇ ਪਾ ਕੇ ਆਪਣੇ ਮਾਸੂਮਾਂ ਦੀਆਂ ਛਾਵਾਂ ਕੋ ਚੇਂਜ ਕਰੇਂਦੀਆਂ ਲੇਕਿਨ ਤੂੰ ਵੱਤ ਵੀ ਚੜ੍ਹ ਵੈਂਦੇ ਉਹਨਾਂ ਦੇ ਉੱਤੇ ਮੈਂ ਤੇ ਕੋ ਹੁਕਮ ਪਿਆ ਕਰੇ ਨਾ ਇਹ ਮੇਰੇ ਸੁੱਤੇ ਪਏ ਨਹੀਂ
ਮੰਨਣ ਵਾਲੇ ਇਹਨਾਂ ਦੇ ਉੱਤੇ ਸ਼ੁਆ ਮਾਨਾ ਪਿਆ ਵਣੇ ਸੱਜੇ ਖੱਬੇ ਤਾਂ ਗੁਜ਼ਰ ਵਣੇ ਲੇਕਿਨ ਇਹਨਾਂ ਦੇ ਉੱਤੇ ਸ਼ੁਆ ਤੂੰ ਨਾ ਪਿਆ ਸੱਟੇ ਵੱਤ ਜਿਹੜੇ ਮਾਂ ਸੁੱਤਾ ਪਿਆ ਹੋਵੇ ਮਾਸੂਮ ਤੇ ਵੱਤ ਪਾਸੇ ਵਧੀ ਬਦਲੇ ਦੀ ਆਉਂਦੀ ਇਹ ਤਾਂ ਉਹ ਆਇਆ ਜਿਹੜੇ ਮਾਵਾਂ ਕੋ ਵੀ ਛੋੜ ਕੇ ਆਇਆ ਪਿਓਆਂ ਕੋ ਵੀ ਛੋੜ ਕੇ ਆਇਆ ਮੈਂ ਕਿਹ ਕਿਤੇ ਆਪਣੇ ਰਹਿਮਤ ਤੇ ਕੁਦਰਤ ਦੇ ਹੱਥਾਂ ਨਾਲ ਕਿ ਨਹੀਂ ਸੱਜੇ ਸੁਮਾ ਛੋੜਾਂ ਤੇ ਕਿ ਨਹੀਂ ਖੱਬੇ ਸੁਹਾ ਛੋੜਾਂ 309 ਸਾਲ ਸੁਮਾਈ ਰਹਿੰਦਾ ਰਿਹਾ ਪਾਸੇ ਮੈਂ ਉਹਨਾਂ ਦੇ ਆਪ ਬਦਲੇਂਦਾ ਰਿਹਾ ਕਹਿ ਕੋ ਬਦਲਣ ਵੀ ਮੈਂ ਨਹੀਂ ਦਿੱਤਾ ਜੇ ਮੈਂ ਮਸਲਾ ਸਮਝਾਵਣਾ ਲੈ ਦੁਨੀਆਂ ਕੋ ਕਮਲਾ ਜਿਹੜਾ ਮੇਰੇ ਨਾਲ ਬਣਾ ਕੇ ਰੱਖੇ ਸਾਰੇ ਜਹਾਨ ਨਾਲ ਵੰਜਾ ਕੇ ਰੱਖੇ ਮੇਰੇ ਕੋ ਆਪਣੇ ਰੱਬ ਦੀ ਕਸਮ ਹੈ ਤੂੰ ਮਾਂ ਦੇ ਵੀ ਹਿੱਸੇ ਦੇਵਣੇ ਪਵਨ ਤਾਂ ਮੈਂ ਆਪ ਅਦਾ ਕਰਨਾ ਉਹਦੇ ਨਾਲ ਮਾਲੇ ਹਕੂਕ ਵੀ ਮੈਂ ਆਪ ਅਦਾ ਕਰਦਾ ਹੋਣਾ ਲੇਕਿਨ ਇਹੋ ਜਿਹੀ ਬੰਦੇ ਕੋ ਮੈਂ ਉਜੜਨ ਕੋਈ ਨਹੀਂ ਦੇਂਦਾ ਆਉਂਦਾ ਇਸ ਗੱਲ ਨੂੰ ਦੁੱਖ ਵੀ ਆਸਨੀ ਤਕਲੀਫਾਂ ਵੀ ਆਸਾਂ ਪਰੇਸ਼ਾਨੀਆਂ ਵੀ ਆਸਾਂ ਗਮ ਵੀ ਆਸਾਂ ਆਪਣੇ ਵੀ ਦੁਸ਼ਮਣ ਉਸਨੀ ਬਿਗਾਨੇ ਵੀ ਦੁਸ਼ਮਣ ਉਸਨੀ ਸੱਜਣ ਵੀ ਕਿਹਨੇ ਕਿਹਨੇ ਮੁਖਾਲਫਤ ਵਿੱਚ ਗੱਲ ਕਰ ਖੜ ਸਰੀ ਪੈ ਲੇਕਿਨ ਸਾਰਿਆਂ ਕੋ ਛੋੜ ਦੇਵੇ ਮੈਂ ਕੋ ਨਾ ਪਿਆ ਛੋੜੇ ਮੇਰੀ ਥੜ ਕਰਨਾ ਨਾ ਪਿਆ ਛੋੜੇ ਸਾਰਿਆਂ ਨਾਲ ਵਜਾਵੇਂ ਮੇਰੇ ਨਾਲ ਨਾ ਵਜਾਵੇਂ ਤੇ ਜਿਹੜਾ ਅੱਲਾ ਨਾਲ ਬਣਾ ਕੇ ਰੱਖਣ ਵਾਲਾ ਹੋਵੇ ਉਹ ਕਿਹੜੇ ਰਸੂਲ ਦਾ ਦੁਸ਼ਮਣ ਹੋ ਸਕਦਾ ਨਹੀਂ ਕਿ ਉਦੋਂ ਅੱਲਾ ਨਾਲ ਬਣੇਦਾ ਉਹ ਏ ਜਿਹੜਾ ਪਹਿਲੇ ਰਸੂਲ ਨਾਲ ਬਣਾ ਕੇ ਰੱਖੇ ਉਹ ਕੁਛ ਸਮਝ ਆਈ ਏ ਹਾਂ ਮੈਂ ਕਰਦਾ ਤਾਂ ਪਿਆ ਤੂੰ ਕੁਝ ਅਕਲ ਦੇ ਅੰਧੇ ਵੀ ਵੱਧੇ ਹੁੰਦੇ ਨੇ ਜਿਹੜਾ ਦਿਨ ਮੋਲੀ ਪਿੱਟ ਦਾ ਰਹਿਦਾ ਅੱਲਾ ਨਾਲ ਬਣਾ ਕੇ ਰੱਖੋ ਭਾਵੇਂ ਤੋੜੀ ਸਾਰੇ ਵਜੀਜ ਵਜਣ ਕੋਈ ਹਰਜ ਨਹੀਂ ਅੱਲਾ ਨਾਲ ਵਜਾਵਣੀ ਤਾਂ ਦੇਖੋ ਜੀ ਰਸੂਲ ਕਿਤੇ ਕੀ ਹਾਂ ਅਸਾਂ ਦੇ ਜਿਹੜਾ ਖੁਦਾ ਨਾਲ ਬੜੇ ਤੇ ਪਹਿਲੇ ਬੜੇ ਦਾ ਵੀ ਰਸੂਲ ਨਾਲ ਹੈ ਕਿ ਉਦੋਂ ਅੱਲਾ ਫਰਮਾਇਆ ਕੁਲ ਇਨ ਕੁੰਤੁਮ ਤੁਹਿੱਬੂਨਲਲਾਹ ਫਤਬਿਊਨੀ ਯੁਹਿਬਕੁਮੁਲਲਾਹ ਓਏ ਲੋਗੋ ਤੁਸਾਂ ਦਿਓ ਦੋ ਅੱਲਾ ਨਾਲ ਅਸਾਂ ਮੁਹੱਬਤ ਕਰੇ ਨੇ ਅੱਲਾ ਨਾਲ ਮੁਹੱਬਤ ਬਾਅਦ ਕਰਾਏ ਪਹਿਲੇ ਮੈਂ ਮੁਹੰਮਦ ਨਾਲ ਤਾਂ ਮੁਹੱਬਤ ਕਰੋ ਨਾ ਪਹਿਲੇ ਮੇਰੇ ਨਾਲ ਬਣਾ ਕੇ ਰੱਖੋ ਤੇ ਬਾਅਦ ਚ ਅੱਲਾ ਨਾਲ ਬਣਾ ਕੇ ਰੱਖੇ ਜਿਹੜਾ ਅੱਲਾ ਨਾਲ ਬਣਾ ਕੇ ਰੱਖਦੇ ਉਹ ਰਸੂਲ ਨਾਲ ਪਹਿਲੇ ਬਣੇਦਾ ਵਤ ਅੱਲਾ ਨਾਲ ਬਣੇਦਾ ਲੇਕਿਨ ਗੱਲ ਇਹ ਪਈ ਤੂੰ ਰਸੂਲ ਵੀ ਬਣਾਇਆ ਤਾਂ ਕੁਰਾਨ ਦੇ ਤਾਤ ਬਣਾਏ ਇੱਤਾ ਬਿਮਾਯੂ ਆਈ ਲੈ ਉਹ ਮੇਰਾ ਪੈਗੰਬਰ ਤੂੰ ਵੀ ਪੈਰਵੀ ਕਰੇ ਤਾਂ ਉਸ ਚੀਜ਼ ਦੀ ਜੋ ਕੁਛ ਤੇਰੀ ਤਰ੍ਹਾਂ ਪਈ ਹੋਇਆ ਹੈ ਉਦੋਂ ਫਜ਼ਕਿਰ ਬਿਲ ਕੁਰਾਨ ਤੂੰ ਨਸੀਹਤ ਕਰੇ ਵੀ ਕੁਰਾਨ ਦੇ ਕਰੇ ਪਿਆ ਇਸ ਗੱਲ ਨੂੰ ਰਸੂਲ ਦੀ ਬਣੀ ਹੈ ਤਾਂ ਕੁਰਾਨ ਦੇ ਜ਼ਰੀਏ ਤੂੰ ਤੇਰੀ ਬਣਸੀ ਤਾਂ ਵੀ ਰਸੂਲ ਦੇ ਨਾਲ ਬਣਸੀ ਇਸ ਗੱਲ ਨੂੰ ਪਹਿਲਾ ਦਰਜਾ ਕੁਰਾਨ ਦਾ ਵੀ ਦੂਜਾ ਦਰਜਾ ਸੁਨਤ ਦਾ ਪਹਿਲਾ ਦਰਜਾ ਕੁਰਾਨ ਦਾ ਤੇ ਦੂਜਾ ਦਰਜਾ ਕਿਉਂਕਿ ਰਸੂਲ ਨਾਲ ਬਣਾਵਣਾ ਤਾਂ ਸ਼ਰਤ ਅਵਾ ਲੈਣਾ ਰਸੂਲ ਨਾਲ ਬਣਾਵਣਾ ਤਾਂ ਹੁਣ ਉਹਨਾਂ ਦੀ ਬਣੀ ਹੋਈ ਨਹੀਂ ਰਸੂਲ ਦੇ ਨਾਲ ਜਿਹੜੇ ਅਮੀਨ ਸਾਦਿਕ ਵੀ ਆਦੇ ਉਹਦੇ ਹੈ ਲੇਕਿਨ ਜਿਹੜੇ ਲਾ ਇਲਾ ਇਲਾ ਦਾ ਰੱਟ ਲੱਗੇ ਉਸ ਟਾਈਮ ਉਹ ਰਸੂਲ ਨਾਲ ਬਣੀ ਹੋਈ ਵੀ ਕੀ ਕਰ ਗਏ ਵਜਾ ਗਏ ਇਸ ਗੱਲ ਨੂੰ ਸਭ ਤੋਂ ਪਹਿਲੇ ਅੱਲਾ ਦੇ ਕੁਰਾਨ ਕਿਤਾਬੁੱਲਾ ਹੀ ਵੀ ਵੱਤ ਸੁਨਤ ਰਸੂਲੁੱਲਾ ਹੀ ਵੀ ਔਰ ਇਹ ਵੀ ਯਾਦ ਰੱਖੇ ਰਸੂਲ ਦੀ ਸੁਨਤ ਕਿਤੇ ਕੁਰਾਨ ਦੇ ਖਿਲਾਫ ਨਹੀਂ ਹੋ ਸਕਦੀ ਸਾਰਾ ਜਹਾਨ ਬਦਲ ਸਕਦਾ ਹੈ ਲੇਕਿਨ ਰਸੂਲੁੱਲਾ ਕਿਤੇ ਕੁਰਾਨ ਦੇ ਖਿਲਾਫ ਬੋਲ ਸਕਦਾ ਕਤਨ ਨਹੀਂ ਬੋਲ ਸਕਦਾ ਖਿਆਲ ਚ ਨਾ ਪਿਆਣ ਤੋ ਅਗਰ ਖਿਆਲ ਚ ਆਖੇ ਨਾ ਕਿ ਰਸੂਲ ਕੁਰਾਨ ਦੇ ਖਿਲਾਫ ਜਾਕੇ ਤਾਂ ਵੀ ਮੁਸਲਮਾਨ ਨਰਸ ਹੈ ਕਿਉਂਕਿ ਲੋਕਾਂ ਕੋ ਅਗਰ ਹਿਦਾਇਤ ਦੇ ਜ਼ਰੀਆ ਪਟੜੀ ਤੇ ਆ ਕੇ ਚੜ੍ਹਾਏ ਤਾਂ ਰਸੂਲੁੱਲਾ ਚੜ੍ਹਾਏ ਕੁਰਾਨ ਦੇ ਜ਼ਰੀਏ ਇਸ ਗੱਲ ਨੂੰ ਸਭ ਤੋਂ ਪਹਿਲਾ ਦਰਜਾ ਅਵਲ ਕਿਤਾਬੁੱਲਾ ਹੀ ਵੀ ਦੂਜਾ ਦਰਜਾ ਸੁਨਤ ਰਸੂਲੁੱਲਾ ਹੀ ਵੀ ਇਸ ਤੋਂ ਇਲਾਵਾ ਹਟਣ ਦੀ ਗੁਜਾਇਸ਼ ਤੀਜਾ ਦਰਜਾ ਸਾਹਬਾ ਹੀ ਨਹੀਂ ਇਜਮਾਏ ਉਮਤ ਹੀ ਵੀ ਚੌਥਾ ਦਰਜਾ ਕਿਆ ਸਿਬੁਜ ਤਹਿਦੀਨ ਹੀ ਵੀ ਜਦਾਂ ਕੁਰਾਨ ਚੋਂ ਮਿਲ ਵੰਜੇ ਵਤ ਹੋਰ ਵੰਜਣ ਦੀ ਗੁਜਾਇਸ਼ ਵੀ ਤੇ ਕੋਈ ਨਹੀਂ ਜਦਾਂ ਕੁਰਾਨ ਚੋਂ ਨਾ ਮਿਲੇ ਵਤ ਸੁਨਤ ਰਸੂਲ ਚ ਵੰਜ ਵਤ ਸੁਨਤ ਰਸੂਲ ਚ ਮਿਲ ਵੰਜੇ ਤਾਂ ਹੋਰ ਵੰਜਣ ਦੀ ਗੁਜਾਇਸ਼ ਕਿ ਨਹੀਂ ਨਹੀਂ ਜਦਾਂ ਸੁਨਤ ਰਸੂਲ ਚ ਨਾ ਮਿਲੇ ਤਾਂ ਹੁਣ ਸਹਾਬਾ ਦੁਆ ਜਿੱਥੇ ਕੁਰਾਨ ਵੀ ਮੌਜੂਦ ਹੈ ਤੇ ਸੁਨਤ ਵੀ ਮੌਜੂਦ ਹੈ
अगर उथे मिल मने तो थले आवन की गुंजाइश ही कोई नहीं, अगर त्राए तबका चुते को ना मिले मत आ इमाम मुजतहिदीन दी तरफ होने चौथा दर्जा ही भी इस गलो ख्याल रखे सब नाल वजा छोड़े लेकिन अल्लाह नाल कि नहीं ना वजावे अल्लाह नाल जोड़ के रख सारे जहान नाल त्रोड़नी पवी त्रोड़ छोड़े मत भी खुदा राजी बन रहे शर्त ही है कि अल्लाह नाल के करने जोड़ के रखने ते जोड़ के वो रखता होंगे वो रसूल का कि नहीं दुश्मन हो सकता नहीं सवाल ही पैदा नहीं हो सकता बस चकरो इंशाल्लाह जिंदगी रही तो इतों कि नहीं चलसू ये तो हो गया ना मसला अल्लाह नाल जोड़ ते तोड़ी बाकी सारिया नाल त्रोड़ ये भी इंशाल्लाह इतों वत कि नहीं चेसू तो मजीद अगे भी सांस जिंदगी रही तो माँ अलई नहीं लल बला आला अमल की तुफीक ता फरमावे सारी गल तो है अमल आली सुनी सुनाई तो गल हर पत्र खुदा जान दे कितने मसले सुनते हो सो लेकिन अमल शर्त आवा अमल जरूर करने अमल तो सिवा जिंदगी का कोई मजा भी कोई नहीं इंशाल्लाह जिंदगी रे तो फिर